ਸਸੀ ਕਾਲ ਜੀ ਇਕਲ ਫੇ ਰਾਜਕੋਪ ਚੰਗੀ ਆਪਣਾ ਪ੍ਰੋਗਰਾਮ ਲੈ ਕੇ ਪੇਚ ਚੁੱਕੀ ਹੈਗੀ ਜ ਜਿਸ ਨੂੰ ਕਹਿੰਦੇ ਨੇ ਆਪਣੇ ਵਿਚਾਰ ਤੇ ਆਪਣੇ ਵਿਚਾਰ ਦੇ ਵਿੱਚ ਮੈਂ ਹਮੇਸ਼ਾ ਇੱਕ ਜਦੋਂ ਇੱਕ ਕੜੀ ਸ਼ੁਰੂ ਕੀਤੀ ਸੀ ਉਹ ਕੀਤੀ ਸੀਗੀ ਜੀ ਸਿੰਗਰਾਂ ਦੇ ਨਾਲ ਦੇ ਨਾਲ ਬੇ ਨਾਲ ਨਾਲ ਕਦੀ ਕਦੀ ਅਸੀਂ ਸਾਡੇ ਇੱਥੇ ਦੀ ਕੰਟੀ ਦੇ ਲੈਜੈਂਡ ਲੈ ਕੇ ਆਉਂਦੇ ਹੈਗੇ ਆ ਸਮ ਟਾਈਮ ਤੁਹਾਨੂੰ ਇੱਕ ਸਰਪ੍ਰਾਈਜ਼ ਦੇ ਕੇ ਜਾਂਦੇ ਹੈਗੇ ਆ ਸਰਪ੍ਰਾਈਜ਼ ਦਿਖਾਉਂਦੇ ਵੀ ਹੈਗੇ ਆ ਕਿ ਅਸੀਂ ਉਸ ਪੰਜਾਬ ਦੀ ਧਰਤੀ ਤੋਂ ਵੀ ਸਿੰਗਲ ਲੈ ਕੇ ਆਉਂਦੇ ਕਿ ਜਿੱਥੇ ਅਸੀਂ ਖੇਡੇ ਹੈਗੇ ਆ ਵੱਡੇ ਹੋਏ ਹੈਗੇ ਆ ਤੇ ਜਿੱਥੋਂ ਅਸੀਂ ਮਿਊਜ਼ਿਕ ਦੀ ਸਾਨੂੰ ਲਗਨ ਲੱਗੀ ਹੈਗੀ ਆ ਜਿੱਥੋਂ ਅਸੀਂ ਮਿਊਜ਼ਿਕ ਸੁਣਦੇ ਹੁੰਦੇ ਸੀਗੇ ਤੇ ਉਹ ਮਿਊਜ਼ਿਕ ਅਸੀਂ ਸੁਣਦੇ ਸੀ ਜੀ ਜਿਸ ਦੇ ਵਿੱਚ ਫੋਕ ਹੁੰਦਾ ਸੀਗਾ ਸੂਫੀਆਨਾ ਹੁੰਦਾ ਸੀ ਤੇ ਜਿਸ ਤਰ੍ਹਾਂ ਅਸੀਂ ਮੋਜ਼ਲੀ ਸੁਣਦੇ ਹੁੰਦੇ ਸੀ ਜੀ ਦੋ ਭੈਣਾਂ ਨੂੰ ਸ੍ਰਿੰਦਰ ਕੌਰ ਪ੍ਰਕਾਸ਼ ਪ੍ਰਕਾਸ਼ ਕੌਰ ਜੀ ਤੇ ਮਾਮਾ ਤੇ ਧੀਆ ਨਾਲ ਬੈਠੀਆਂ ਨੇ ਮੈਂ ਉਸੇ ਕੜੀ ਨੂੰ ਅੱਜ ਤੁਹਾਡੇ ਅੱਗੇ ਪੇਸ਼ ਲੈ ਕੇ ਪੇਸ਼ ਲੈ ਕੇ ਹੋਏ ਹੈਗੀਆਂ ਜੀ ਦੋ ਪੈਣਾ ਜਿਨ੍ਹਾਂ ਨੇ ਆਪਣਾ ਪ੍ਰੋਗਰਾਮ ਮਿਊਜ਼ਿਕ ਦੀ ਸ਼ੁਰੂਆਤ ਕੀਤੀ ਹੈਗੀ ਆ ਇੱਕ ਐਸੇ ਬਖਰੇ ਅਨਜ਼ਾਰਜ ਦੇ ਨਾਲ ਇੱਕ ਬਖਰੇ ਰੂਹਾਨੀਅਤ ਸੂਫੀਆਨਾ ਕਲਾਮਾਂ ਦੇ ਨਾਲ ਜਦੋਂ ਅਸੀਂ ਉਹਨਾਂ ਦੇ ਕਲਾਮ ਸੁਣਦੇ ਹੈਗੀਆਂ ਸੂਫੀਆਨਾ ਜਿਹਨੂੰ ਕਹਿੰਦੇ ਹੈਗਿਆ ਤੇ ਬੜੀ ਹੀ ਆਪਣੇ ਦਿਲ ਨੂੰ ਸ਼ਾਂਤੀ ਹੈ ਮਹਿਸੂਸ ਹੁੰਦੀ ਹੈ ਗਿਆ ਤੇ ਅੱਜ ਉਹ ਜਿਹੜੀ ਦੋ ਸਿਸਟਰ ਲੈ ਕੇ ਆਏ ਹੈ ਗਿਆ ਕਿਉਂਕਿ ਇਹ ਜਿਹੜੀ ਕੜੀ ਚੱਲੀ ਆਈ ਹੈਗੀ ਆ ਦੋ ਭੈਣਾਂ ਦੀ ਅਸੀਂ ਹਮੇਸ਼ਾ ਦੋ ਗਰੁੱਪ ਦੇ ਵਿੱਚ ਮੈਂਬਰ ਗੋਂਦੇ ਕਾਫੀ ਸੁਨੇ ਹੈਗੇ ਆ ਦੇਖੇ ਹੈਗੇ ਆ ਪਰ ਜਦੋਂ ਸਪੈਸ਼ਲੀ ਰੀਅਲ ਸਿਸਟਰਾਂ ਦੋ ਭੈਣਾਂ ਗੋਂਦੀਆਂ ਹੈਗੀਆਂ ਤਾਂ ਬੜਾ ਹੀ ਆਪਣੇ ਦਿਲ ਨੂੰ ਲੱਗਦਾ ਕਿ ਦੋ ਇੱਕੇ ਘੜ ਦੇ ਵਿੱਚ ਜਦੋਂ ਦੋ ਭੈਣਾਂ ਸੇਮ ਸਿਚੁਏਸ਼ਨ ਨੂੰ ਗੋਂਦੀਆਂ ਆ ਗਈਆਂ ਸੂਫੀਆਨ ਕਲਾਮ ਨੂੰ ਗੋਂਦੀਆਂ ਆ ਗਈਆਂ ਤੇ ਅੱਛਾ ਲੱਗਦਾ ਤੇ ਇਸ ਤਰ੍ਹਾਂ ਸਾਡੀ ਇਸ ਧਰਤੀ ਦੇ ਵਿੱਚ ਜਦੋਂ ਦੋ ਗਰੁੱਪ ਸ਼ੁਰੂ ਹੋਈ ਸੀਗੇ ਉਸ ਦੇ ਵਿੱਚੋਂ ਸੀ ਜੀ ਬਲਬੀਰ ਪਚੰਗੀ ਤੇ ਦਿਲਬੀਰ ਪਚੰਗੀ ਜਿਹੜੇ ਦੋ ਖੁਦ ਭਰਾ ਸੀ ਤੇ ਉਸ ਚੀਜ਼ ਨੂੰ ਚੱਲੇ ਆਉਂਦੇ ਅੱਜ ਅਸੀਂ ਤੁਹਾਨੂੰ ਲੈ ਕੇ ਚਾਲਦੇ ਹੈਗੇ ਆ ਪੰਜਾਬ ਤੇ ਆ थिंक ਤੁਹਾਨੂੰ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਤੁਹਾਡੀਆਂ ਜਿਹੜੀਆਂ ਜਿਆਦਾ ਹੈਗੀਆਂ ਉਹ ਇੱਕਦਮ ਹੀ ਤੇਜ਼ ਹੋ ਜਾਣਗੀਆਂ ਤੇ ਅੱਜ ਤੁਹਾਡੇ ਅੱਗੇ ਪੇਸ਼ ਕਰਦੇ ਹੈਗੇ ਜੀ ਯੂ ਨਾ ਅਮ ਰੀਲੀ ਐਕਸਾਈਟਮੈਂਟ ਇੰਨੀ ਆਪਣੇ ਅੰਦਰ ਤੁਹਾਡੇ ਐਕਸਾਈਟ ਹੋ ਰਿਹਾ ਕਿ ਉਹ ਸ਼ਕਤੀਤਾ ਨੂੰ ਮਿਲਣ ਦਾ ਮੌਕਾ ਮਿਲਿਆ ਹੈਗਾ ਅੱਜ ਪਹਿਲੀ ਵਾਰ ਜਿਨ੍ਹਾਂ ਦੇ ਸੀ ਸੂਫੀਆਂ ਨਾਲ ਕਲਾਮਾਂ ਨੂੰ ਗੱਡੀਆਂ ਦੇ ਵਿੱਚ ਲਗਾ ਕੇ ਸੁਣਦੇ ਹੈਗੀਆਂ ਘਰਾਂ ਦੇ ਵਿੱਚ ਲਗਾ ਕੇ ਸੁਣਦੇ ਹੈਗੇ ਮੇਰੀ ਮੁਰਾਦ ਹੈਗੀ ਤੁਹਾਡੇ ਰੂਰੂ ਕਰਦੇ ਹੈਗੇ ਜੀ ਸਾਡੇ ਨੂਰਨ ਸਿਸਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਤੁਸੀਂ ਬਹੁਤ ਸੱਲੀ ਕਮਾਂ ਪਿਆਰੀਆਂ ਬਹੁਤ ਲੱਗ ਰਹੀਆਂ ਤੇ ਕਾਫੀ ਟਾਈਮ ਦੀ ਮੇਰੇ ਦਿਲ ਦੇ ਵਿੱਚ ਲਾਸਟ ਈਅਰ ਵੀ ਰਹਿ ਚੁੱਕੀ ਸੀ ਜਿਹੜੀ ਇੱਕ ਹੁੰਦੀ ਹੈ ਨਾ ਤੁਹਾਡੇ ਖੁਆਇਸ਼ ਤੁਹਾਨੂੰ ਮਿਲਦੀ ਅੱਜ ਉਸ ਪ੍ਰਮਾਤਮਾ ਨੇ ਪੂਰੀ ਕੀਤੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਤੁਹਾਡਾ ਧੰਨਵਾਦ ਤੁਸੀਂ ਬੁਲਾਉਣੇ ਸਾਨੂੰ ਸਾਨੂੰ ਬਹੁਤ ਚੰਗਾ ਲੱਗਦਾ ਔਰ ਤੁਸੀਂ ਵੀ ਬਹੁਤ ਪਿਆਰੀਆਂ ਥੈਂਕ ਯੂ ਥੈਂਕ ਯੂ ਤੇ ਸ਼ੁਰੂਆਤ ਕਰਦੇ ਹੈਗੀਆਂ ਤੁਹਾਡੇ ਦੋਨਾਂ ਭੈਣਾਂ ਦੀ ਜਦੋਂ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀਗੀ ਅਸੀਂ ਪ੍ਰਕਾਸ਼ ਕੌਰ ਜੀ ਤੇ ਸੁਿੰਦਰ ਕੌਰ ਜੀ ਤੇ ਗਾਣੇ ਸੁਣਦੇ ਸੀ ਐਜ਼ ਅ ਸਿਸਟਰ ਉਹੀ ਜਿਹੜਾ ਵਾਪਸ ਤੁਸੀਂ ਮਾਹੌਲ ਲੈ ਕੇ ਆਏ ਹੈਗੇ ਦੋ ਸਿਸਟਰਾਂ ਸੇਮ ਬਲੱਡ ਸਕੀਆਂ ਭੈਣਾਂ ਜਨੂੰ ਕਹਿੰਦੇ ਪੰਜਾਬੀ ਚ ਤੁਸੀਂ ਉਸ ਰੰਗਿਨੀ ਨੂੰ ਲੈ ਕੇ ਉਸ ਪੰਜਾਬੀਤ ਨੂੰ ਇੱਕ ਸੂਫੀਆਨਾ ਕਲਾਮ ਦੇ ਤੌਰ ਤੇ ਸ਼ੁਰੂਆਤ ਕੀਤੀ ਸੀਗੀ ਉਹ ਤੁਸੀਂ ਕਿਸ ਤਰ੍ਹਾਂ ਕੀਤੀ ਸੀ ਪ੍ਰਿੰਸ ਬਸ ਜੀ ਇਦਾਂ ਹੀ ਛੋਟੇ ਛੋਟੇ ਸੀ ਸੀ ਤੇ ਆਪਣੀ ਸਿਸਟਰ ਦੇ ਨਾਲ ਸੇਲੀਆਂ ਦੇ ਨਾਲ ਖੇਡ ਰਹੇ ਸੀਗੇ ਤੇ ਇਹ ਵੀ ਮੇਰੇ ਨਾਲ ਇਦਾਂ ਹੀ ਮਿੱਟੀ 'ਚ ਖੇਡਦੇ ਖੇਡੇ ਸਾਡੇ ਪਰਨਾਨੀ ਬੀਬੀ ਨੂਰਾ ਜੀ ਬੀਬੀ ਨੂਰਾ ਉਹਨਾਂ ਦੇ ਵੀ ਕਾਫੀ ਅਸ਼ੇ ਗਾਣੇ ਹੋਏ ਤੇ ਉਹਨਾਂ ਦੀ ਸਿਰਫ ਉਹਨਾਂ ਦੇ ਕਲਾਮ ਦੀ ਇੱਕ ਲਾਈਨ ਜਾਸ ਸੀ ਕੁੱਲੀ ਵਿੱਚੋਂ ਨੀ ਯਾਰ ਲੱਭ ਲੈ ਉਹੀ ਖੇਡਦੇ ਖੇਡਦੇ ਗਾ ਰਹੇ ਸੀ ਤੇ ਪਾਪਾ ਕੋਲ ਸਟੂਡੈਂਟਸ ਸਿੱਖਣ ਵਾਸਤੇ ਹੁੰਦੇ ਸੀ ਉਹਨਾਂ ਦਾ ਰਿਆਸ ਕਰਵਾ ਰਹੇ ਸੀਗੇ ਉਹਨਾਂ ਨੂੰ ਬੰਦ ਕਰਵਾ ਕੇ ਸਾਨੂੰ ਬੜੇ ਗੌਰਨਲ ਸੁਣਿਆ ਵਾਹ ਤੇ ਮੇਰੇ ਚਾਚੂ ਜੀ ਨੂੰ ਕਿਹਾ ਕਿ ਜੋ ਲੈ ਕੇ ਉਹਨਾਂ ਨੂੰ ਅੰਦਰ ਦੋਨਾਂ ਨੂੰ ਜਦੋਂ ਬੁਲਾਇਆ ਪਾਪਾ ਨੇ ਕਹਿੰਦੇ ਰਿਦਮ ਨਾਲ ਮਿਊਜ਼ਿਕ ਨਾਲ ਬੇਟਾ ਗਾਉਂਗੇ ਜਦੋਂ ਗਾਇਆ ਤੇ ਬਿਲਕੁਲ ਬਹੁਤ ਵਧੀਆ ਸੀ ਉਸ ਪ੍ਰਮਾਤਮਾ ਨੇ ਉਸ ਟਾਈਟੂ ਜੀ ਗਾਈਡ ਕਰਨਾ ਸ਼ੁਰੂ ਕਰ ਦਿੱਤਾ ਸਾਹਮਣੇ ਪਲੀਜ਼ ਉਸ ਜਿਸ ਜਿਸ ਗਾਣੇ ਕਰਕੇ ਸਾਡੀ ਇੰਨੀ ਸ਼ੋਹਰਤ ਹੋਈ ਹੈ ਉਹ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਮਾਨ ਨਾਮ ਬਖਸ਼ ਜਾਏਗਾ ਪਲੀਜ਼ अलाहूू दवाज़ आया वे कुली फकीर दाहू जी आवाज़ आया वे कु नी फकीर दो कुी फकीर दो हो कुली फकीर दो ना कर बंद ਮੇਰੀ ਮੇਰੀ ਹੋ ਨਾ ਕਰ ਬੰਦਿਆ ਮੇਰੀ ਮੇਰੀ ਉਹ ਦਮ ਦਾ ਵਸਾ ਕੋਈ ਨਾ ਵਸਾ ਕੋਈ ਨਾ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਵਾਓ ਇੱਕ ਤਾਂ ਇਸ ਕਲਾਮ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਨ ਦਾ ਜਿਹੜਾ ਇੱਕ ਸੁਭਬ ਦੇ ਤੌਰ ਤੇ ਲਾਈਨਾਂ ਲਿਖੀਆਂ ਹੈਗੀਆਂ ਬੜੀਆਂ ਅੱਛੀਆਂ ਲਾਈਨਾਂ ਹੈਗੀਆਂ ਤੇ ਨਾਲ ਨਾਲ ਤੁਸੀਂ ਕਹ ਕਿ ਤੁਹਾਡੇ ਡੈਡੀ ਜੀ ਨੇ ਤੁਹਾਡਾ ਹੁਨਰ ਪਰਖਿਆ ਸੀਗਾ ਜੀ ਬਿਲਕੁਲ ਜਦੋਂ ਤੁਹਾਡੇ ਡੈਡ ਨੇ ਤੁਹਾਨੂੰ ਪਹਿਲੀ ਵਾਰ ਕਿਹਾ ਕਿ ਆਓ ਪੁੱਤ ਤੁਸੀਂ ਗਾ ਕੇ ਮੈਨੂੰ ਦਿਖਾਓ ਇਹ ਮਿਊਜ਼ਿਕ ਦੇ ਨਾਲ ਤੁਸੀਂ ਗਾ ਸਕਦੀਆਂ ਤੁਹਾਨੂੰ ਕਿਹੜੀ ਫੀਲਿੰਗ ਸੀ ਅੰਦਰ ਕਿ ਤੁਸੀਂ ਥੋੜੇ ਨਰਵਸ ਸੀਗੇ ਕਿ ਯੂ ਆ ਰੀਲੀ ਹੈਪੀ ਕਿ ਯੈਸ ਨਹੀਂ ਨਰਵਸ ਤਾਂ ਸੀ ਉਹ ਤੋਂ ਬਹੁਤ ਛੋਟੇ ਛੋਟੇ ਸੀਗੇ ਹਾਂ ਜੀ ਬਟ ਐਦਾਂ ਨਹੀਂ ਕਦੀ ਸੋਚਿਆ ਸੀ ਵੀ ਜਿੱਦਾਂ ਨਰਵਸ ਕਿਦਾਂ ਹੋਈਦਾ ਜਾਂ ਖੁਸ਼ ਬਸ ਉਦਾਂ ਹੀ ਖੇਡਦੇ ਖੇੜੇ ਖੁਸ਼-ਖੁਸ਼ ਹੁੰਦੇ ਹੁੰਦੇ ਬਸ ਜਿੱਦਾਂ ਬੁਲਾਇਆ ਤੂੰ ਉਦਾਂ ਹੀ ਚੱਲੋ ਜੀ ਜਿੱਦਾਂ ਇੰਸਰ ਲੱਗੇ ਇਸਕੇ ਚੱਲੋ ਚੱਲੋ ਹਾਂ ਫਿਰ ਜਦੋਂ ਉਹਨਾਂ ਨੇ ਕਿਹਾ ਪੁੱਤ ਚੱਲ ਗਾਓ ਮੇਰੇ ਚਾਚਾ ਨੇ ਰਿਦਮ ਪਲੇ ਕੀਤੀ ਪਾਪਾ ਨੇ ਹਰਮੋਨੀਅਮ ਤੇ ਸੁਰ ਰੱਖਿਆ ਐਦਾਂ ਉਹਨਾਂ ਨੂੰ ਸੁਰ ਨਹੀਂ ਰੱਖਦੇ ਤਾਂ ਇਹ ਗਾ ਲਿਆ ਬੜਾ ਵਟੇ ਹਾਂ ਉਹ ਗਾਇਆ ਰਿਦਮ ਦੇ ਨਾਲ ਫਿਰ ਸਾਡੇ ਦਿਲ ਦੇ ਵਿੱਚ ਇੱਕ ਤਸਵੀਰ ਥਾਡੇ ਬਲੱਡ ਦੇ ਵਿੱਚ ਜਨਰੇਸ਼ਨ ਜਨਰੇਸ਼ਨ ਆ ਰਹੀ ਮੇਖਾ ਤੁਹਾਡੀ 4th ਜਨਰੇਸ਼ਨ ਹੈਗੀ ਆ ਇਸ 뮤జిక్ ਦੇ ਵਿੱਚ 4 ਤੋਂ 3 ਨਹੀਂ ਨਹੀਂ ਜਿਆਦਾ ਹੀ ਹੈ 9 9 ਤਾਂ ਹੋਗੇ ਵਾਓ ਦੈਟਸ ਨਾਈਸ ਉਹ ਪਰਮਾਤਾ ਨੂੰ ਟੱਚੂ ਨਜ ਨਹੀਂ ਲੱਗੇ ਬਿਲਕੁਲ ਉਹੀ ਜਿਹੜਾ ਬਲੱਡ ਟੂ ਬਲੱਡ 뮤జిక్ ਚੱਲਦਾ ਆ ਰਿਹਾ ਹੈਗਾ ਤੇ ਕਾਫੀ ਅੱਛਾ ਲੱਗਦਾ ਇੱਕ ਇੱਕ ਤਾਂ ਤੁਸੀਂ ਇਹ 뮤జిక్ ਫੈਮਲੀ ਦੇ ਵਿੱਚ ਸੀਗੇ ਤੇ ਫਿਰ ਤਾਂ ਸਿੱਖਣਾ ਕੋਈ ਔਕੀ ਗੱਲ ਨਹੀਂ ਹੁੰਦੀ ਕਿਉਂਕਿ ਤੁਸੀਂ 24 ਘੰਟੇ 뮤జిక్ ਇਨ ਫੈਮਲੀ ਦੇ ਵਿੱਚ ਰਹਿੰਦੇ ਆਗੇ ਤੇ ਤੁਸੀਂ ਕੁਝ ਨਾ ਕੁਝ ਹਰੇਕ ਪਲ ਨਾ ਪਲ ਤੁਸੀਂ ਕੁਝ ਸਿੱਖਦੇ ਹੈਗੇ ਤੇ ਤੁਹਾਡਾ ਜਿਹੜਾ ਐਕਸਪੀਰੀਅੰਸ ਸੀ ਐਜ਼ ਏ ਸਿੰਗਲ ਦੀ ਫੈਮਿਲੀ ਕਿਹੜੇ ਗੋਂਦੇ ਸੀ ਤੁਹਾਡਾ ਕੀ ਸੀ ਐਕਸਪੀਰੀਅੰਸ ਕਿ ਯੂ ਆ ਰੀਲੀ ਫੀਲ ਪ੍ਰਾਊਡ ਕਿ ਯੈਸ ਸਾਨੂੰ ਹੈਗਾ ਕਿ ਸਾਡੇ ਇੰਨੀ ਜਿਹੜੀ ਪਿੱਛੇ ਜਨਰੇਸ਼ਨਾਂ ਤੇ ਜਨਰੇਸ਼ਨ ਆ ਰਹੀਆਂ ਹਗੀਆਂ ਹਾਂ ਬਾਕੀ ਰੱਬ ਤੇ ਯਕੀਨ ਸੀਗਾ ਜਦੋਂ ਮਤਲਬ ਕਿ ਸਟਾਰਟ ਕੀਤਾ ਉਦੋਂ ਇਹਨਾਂ ਨੂੰ ਨਹੀਂ ਪਤਾ ਸੀ ਫਿਰ ਹੌਲੀ 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 ਜਦੋਂ ਪਾਪਾ ਦੀ ਕੁੱਟ ਪੈਣੀ ਸ਼ੁਰੂ ਹੋ ਗਈ ਉਹਨਾਂ ਨੇ ਕੁੱਟੇ ਬਹੁਤ ਸਾਨੂੰ ਕਟ ਵੀ ਵੱਧ ਤਈ ਹੈਗੀ ਉਹ ਵੀ ਕੁੱਟੀ ਉਹ ਇਹ ਕੁੱਟੀ ਰਾਸ ਹੈ ਜੀ ਉੱਤਾਂ ਦਾ ਬੰਦਾ ਸਿੱਖਦਾ ਨਹੀਂਗਾ ਸਿੱਖਦਾ ਨਹੀਂ ਹਾਂ ਬਾਕੀ ਉਸ ਦਾਤਾ ਦੀ ਅੱਲਾ ਮੀਆਂ ਦੀ ਰਹਿਮਤ ਹੈ ਜੀ ਤੇ ਇੱਕ ਮੈਨੂੰ ਪਤਾ ਲੱਗਿਆ ਕਿ ਤੁਸੀਂ 7 ਸਾਲ ਦੀ ਉਮਰ ਦੇ ਵਿੱਚ ਹਾਂਜੀ ਦੂਰਦਰਸ਼ਨ ਦੇ ਉੱਤੇ ਕਿਉਂਕਿ ਉਸ ਦੇ ਉੱਤੇ ਅਸੀਂ ਕਾਫੀ ਪ੍ਰੋਗਰਾਮਸ ਹੁੰਦੇ ਹੁੰਦੇ ਸੀ ਜਦੋਂ ਅਸੀਂ ਬੱਚੇ ਹੁੰਦੇ ਸੀਗੇ ਕਿਉਂਕਿ ਅਸੀਂ ਵੀ ਪੰਜਾਬ ਤੋਂ ਹੈਗੇ ਹਾਂ ਤੇ ਦੂਰਦਰਸ਼ਨ ਤੋਂ ਕਾਫੀ ਪ੍ਰੋਗਰਾਮ ਉਸ ਦੇ ਵਿੱਚ ਤੁਸੀਂ ਜਦੋਂ ਪਹਿਲੀ ਵਾਰ ਬਾਟਸਰ ਕੀਤਾ 7 ইয়ার্স ওল্ড போதி ਕਹਿਣ ਦੀ ਗੱਲ ਅਸੀਂ ਬਹਿ ਕੇ ਕਹਿ ਦਿੰਦੇ ਹੈਗੇ ਪਰ ਐਗਜ਼ੈਕਟਲੀ 7 ਸਾਲ ਦਾ ਉਮਰ ਦਾ ਬੱਚਾ ਇਟ ਇਸ ਨੋਟ ਪੋਸਿਬਲ ਨਾ ਫਸਵਾਰ ਕੀ ਟੈਲੀ ਦੇ ਉੱਤੇ ਲਾਈਵ ਗਾ ਦੂੰਗਾ ਇਹ 5 ਸਾਲ ਦੇ ਸੀ ਜੀ ਤੇ ਤੁਸੀਂ 7 ਸਾਲ ਦੀ ਇਹ ਤੁਹਾਨੂੰ ਦੋਨਾਂ ਨੂੰ ਇੰਨੀ ਜਿਹੜੀ ਸ਼ਕਤੀ ਮਿਲਦੀ ਹੈਗੀ ਵੈਸੇ ਹਜੇ ਤੁਹਾਨੂੰ ਮੈਂ ਕਿਹਾ ਦੋਨੋਂ ਅਜੇ ਨਹੀਂ ਸੁਣਾਉਣਾ ਉਹ ਅੱਲਾਹ ਹੂ ਸੁਣਾ ਦਿੰਦਾ ਤੇ ਜਿਹੜੀ ਉਹਨਾਂ ਦਾ ਪਹਿਲਾਂ ਦੱਸਿਆ ਮੈਂ ਕੁਲੀ ਰਾਹ ਵਿੱਚ ਪਾਈ ਉਹ ਜੇ ਮੈਂ ਕੱਲ ਬਾਅਦ ਚ ਸੁਣਾਵਾਂਗਾ ਜੇ ਹੋਰ ਕੋਈ ਗੱਲ ਤੁਰ ਲੈਂਦਾ। ਯਾ ਪਲੀ ਅੱਛਾ ਤੁਸੀਂ ਉਹ ਉਹਨੂੰ ਥੋੜਾ ਜਿਆ ਹਾਂਜੀ ਹਾਂਜੀ ਰੱਖਣਾ ਚਾਹਦੇ ਅੱਛਾ ਤੇ ਤੁਸੀਂ ਜਿਹੜੀ ਤੁਹਾਡੀ ਆਵਾਜ਼ ਉਦੋਂ ਇਹ ਗਾਇਆ ਸੀ ਜੀ ਦੂਸਰ ਸੁਣਤੀ ਖੁੱਲੀ ਵਿੱਚੋਂ ਨਹੀਂ ਜਾਉਂਦਾ। ਖੁੱਲੀ ਨਹੀਂ ਵਿੱਚੋਂ ਨਹੀਂ ਜਾ ਰਿਹਾ ਇਸਦਾ। ਉਸ ਦੇ ਵਿੱਚ ਵੀ ਕਾਫੀ ਕੁਝ ਹੈ। ਮੈਂ ਹਮੇਸ਼ਾ ਕਹਿੰਦੀ ਕਿ ਗਾਣੇ ਦੇ ਵਿੱਚ ਉਹ ਗਾਣਾ ਗੋਣਾ ਚਾਹੀਦਾ ਜਿਸ ਦੇ ਵਿੱਚੋਂ ਸਿੱਖਣ ਦਾ ਮੌਕਾ ਮਿਲਦਾ ਹੈਗਾ। ਕੁਛ ਨਾ ਕੁਛ ਕਰਕੇ ਜਿਹੜੀ ਹੁਣ ਦੀ ਜਨਰੇਸ਼ਨ ਹੈਗੀ ਆ ਵੀ ਵਾਂਟ ਟੂ ਲਰਨ ਸਮਥਿੰਗ ਸਾਨੂੰ ਆਪਣੇ ਕਲਚਰ ਦੇ ਬਾਰੇ ਬਾਕੀ ਸਾਰੀ ਪੰਜਾਬ ਦੀਆਂ ਜਿਹੜੀਆਂ ਉਸ ਪ੍ਰਮਾਤਮਾ ਦੇ ਨਾਲ ਜੁੜਨ ਦਾ ਇੱਕ ਸੁਭਬ ਵੀ ਹੈਗਾ ਜਿਹੜੀ ਸਾਡੇ ਸੂਫੀਆਨਾ ਕਲਾਮ ਹੈਗਾ ਤੇ ਜਿਹੜਾ ਤੁਸੀਂ ਉਹ ਗਾਣਾ ਸਾਨੂੰ ਬਾਅਦ ਚ ਸੁਣਾਉਣਾ ਉਸ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਅੱਜ ਸਾਡੀ ਕੰਟਰੀ ਦੇ ਵਿੱਚ ਸਾਡੀ ਨਹੀਂ ਤੁਹਾਡੀ ਖੁੱਦੀ ਵੀ ਕੰਟਰੀ ਹੈਗੀ ਆ ਤੁਸੀਂ ਇਸ ਕੰਟਰੀ ਦੇ ਵਿੱਚ ਆਉਣ ਦਾ ਜਿਹੜਾ ਸਾਡਾ ਸੁਭਬ ਬਣਿਆ ਹੈਗਾ ਉਸ ਪ੍ਰਮਾਤਮਾ ਨੇ ਸੁਭਬ ਬਣਾਇਆ ਹੈਗਾ ਉਸਦੇ ਲਈ ਤੁਸੀਂ ਕੀ ਕਸ਼ ਘੁੰਮਣ ਆਏ ਹੈਗੇ ਆ ਸ਼ਾਪਿੰਗ ਕਰਨ ਆਏ ਹੈਗੇ ਆ ਕਿ ਇੱਕ ਮੈਨੂੰ ਮੇਰੇ ਟੇਬਲ ਦੇ ਉੱਤੇ ਕੁਝ ਪਿਆ ਦਿਖ ਰਿਹਾ ਕਿ ਤੁਸੀਂ ਕੀ ਜਾਣ ਕੇ ਪੁੱਛਦੇ ਜਾਨ ਕੇ ਪੁੱਛਦੇ ਕਿ ਤੁਸੀਂ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਕਰ ਰਹੇ ਹੈਗੇ ਆ ਆਪਣੀ ਸੂਫੀਾਨਾ ਕਲਾਮ ਜਿਹੜੇ ਇਸ ਇੰਨੀ ਵੱਡੀ ਸਸਮੁੰਦਰ ਪਾਰ ਦਰਸ਼ਕਾਂ ਵੱਟੀ ਸਰੋਤੇ ਬੈਠੇ ਉਹਨਾਂ ਨੂੰ ਸੁਣਾਉਣ ਆਏ ਹੈਗੇ ਆ ਕਿਸੇ ਨਾ ਕਿਸੇ ਪਾਸੇ ਲਗਾਉਣ ਆਏ ਹੈਗੇ ਆ ਪਲੀਜ਼ ਜੇ ਤੁਸੀਂ ਉਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਬਿਲਕੁਲ ਜੀ ਅਸੀਂ ਇੱਥੇ ਆਪਨਾ ਤੁਹਾਡਾ ਮਨੋਰੰਜਨ ਕਰਨ ਲਈ ਆਏ ਆ ਜੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਪਸੰਦ ਆਉਣਗੇ ਸਾਡੇ ਸਾਰੇ ਸ਼ੇਓ ਜੀ ਤੇ ਬਾਕੀ ਥੋੜਾ ਸਾਰਿਆਂ ਦਾ ਪਿਆਰ ਲੈਣ ਆਏ ਆ ਜੀ ਬਾਕੀ ਜੀ ਸਾਡੇ ਜਿਨ੍ਹਾਂ ਦੀ ਬਦੌਲਤ ਅਸੀਂ ਆਏ ਹਾਂ ਸਾਡੇ ਸ਼ਾਹਿੰਦ ਸ਼ਾਹ ਜੀ ਔਰ ਸਾਡੇ ਵੱਡੇ ਵੀਰ ਜਤਿੰਦਰ ਸ਼ਾਹ ਜੀ ਮੂਵੀ ਬਾਕਸ ਵਾਲੇ ਔਰ ਕਮਰਾਂਜੀ ਜ਼ੀਨੇਟ ਇਵੈਂਟਸ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਔਰ ਸਾਡੇ ਹਸਬੰਡ ਜੀ ਕੁਨਾਲ ਜੀ ਇਹਨਾਂ ਦੇ ਹਸਬੰਡ ਜੀ ਆਦਲ ਜੀ ਇਨਾਂ ਦੀ ਸਾਰਿਆਂ ਦੀ ਸਪੋਰਟ ਹੈ ਜੀ ਸਾਡੇ ਨਾਲ ਤੇ ਦੁਬਾਰਾ ਇੱਥੇ ਆਏ ਆ ਜੀ ਦੁਬਾਰਾ ਇਹ ਦਿਸ ਯੂ ਸੈਕਿੰਡ ਦੂਜੀ ਵਾਰ ਤੁਸੀਂ ਆਏ ਆ ਹਾਂਜੀ ਤੇ ਇਹ ਜਿਹੜੇ ਤੁਸੀਂ ਦੂਜੀ ਵਾਰ ਆਏ ਹੋਗੇ ਉਸ ਦੇ ਵਿੱਚ ਤੁਸੀਂ ਚਾਰ ਸ਼ੋਅ ਲਗਾ ਰਹੇ ਹੈਗੇ ਹਾਂ ਹਾਂਜੀ ਤੇ ਜਿਹੜੇ ਸ਼ੋਅ ਇੱਕ ਤੁਹਾਡਾ ਹੈਗਾ ਜੀ ਦਿਸ ਆ ਸੈਚਰਡੇ ਨੂੰ ਹਾਂਜੀ 2 ਸਪਟੈਂਬਰ ਲੰਡਨ ਦੇ ਵਿੱਚ ਹੋ ਰਿਹਾ ਹੈਗਾ ਜੀ ਤੇ ਫਿਰ ਤੁਸੀਂ ਦੱਸੋ ਜੀ ਕਿੱਥੇ ਕਿੱਥੇ ਹੋ ਰਿਹਾ ਹੈ ਫਿਰ ਮੰਮੀ ਗਮ ਹੈ ਜੀ ਦੇਖ ਰਹੇ ਹੈਗੇ ਆ ਦਰਸ਼ਕ ਉਹਨਾਂ ਨੇ ਫੇ ਪੁੱਛਣਾ ਹੈਗਾ ਨਾ ਅਸੀਂ ਕਿੱਥੇ ਦੇਖਣ ਜਾਈਏ ਇੰਨੀ ਡੋਲੀਆਂ ਕੁੜੀਆਂ ਨੂੰ ਪਹਿਲਾ ਸ਼ੋਅ ਜੀ ਸਾਡਾ ਲੰਡਨ ਚ ਹੈ ਦੂਸਰਾ ਬੰਮੀਗਮ ਚ ਹੈ ਤੀਸਰਾ ਲੇਟ ਤੇ ਸਾਡਾ ਚੌਥਾ ਸ਼ੋਅ ਹੈ ਗਲਾਸਗਲੋ ਤੇ ਬਾਕੀ ਇਹੀ ਅਸੀਂ ਕਵਾਂਗੇ ਸਾਰਿਆਂ ਨੂੰ ਕਿ ਸਾਨੂੰ ਸਾਰੇ ਪਿਆਰ ਦਿਓ ਜੀ ਤੇ ਥੋੜਾ ਪਿਆਰ ਲੈਣ ਲਈ ਆਸ਼ੀਰਵਾਦ ਲੈਣ ਲਈ ਆਏ ਆ ਜੀ ਇੱਥੇ ਤੇ ਹਾਂਜੀ ਨਿਊਰਨ ਜਿਹੜਾ ਨਿਊਰਨ ਸਿਸਟ ਦਾ ਲਾਈਵ ਕਾਨਸਰਟ ਹੋ ਰਿਹਾ ਹੈ ਜੀ ਜੁਕ ਦੇ ਵਿੱਚ ਉਹ ਹੋ ਰਿਹਾ ਜੀ ਸੈਟ ਸੱਚ ਦੇ ਸਾਕੀ ਸਪਟੈਂਬਰ ਲੰਡਨ ਦੇ ਵਿੱਚ ਔਰ ਪਹਿਲੀ ਗੱਲ ਇਹ ਆ ਤਾਂ ਜੀ ਮੈਂ ਤੁਹਾਡੀ ਗੱਲ ਵੱਡੀ ਕਰਦੀ ਜਿਹੜਾ ਸਾਡਾ ਵੈਂਬਲੇ ਦੇ ਵਿੱਚ ਸ਼ੋ ਹੋਣ ਜਾ ਰਿਹਾ ਹੈ। ਔਰ ਬਹੁਤ ਐਕਸਾਈਟਮੈਂਟ ਐਕਸਾਈਟਮੈਂਟ ਹੈ ਬਹੁਤ ਵੱਡੀ ਗੱਲ। ਬਿਲਕੁਲ ਜੀ ਬਹੁਤ। ਇਹ ਇੱਕ ਬੰਦੇ ਦੀ ਉਮਰ ਦਾ ਕਿਉਂਕਿ ਉਹਦੀ ਅੱਲਾ ਮੀਆਂ ਦੀ ਰਹਿਮਤ ਉਹਦਾ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ ਕਿਉਂਕਿ ਉਹਦਾ ਪਤਾ ਨਹੀਂ ਕਦੋਂ ਰੱਬ ਕਿਹੜੀਆਂ ਮਿੱਟੀ ਦਾ ਬੁੱਤ ਹਾਂਜੀ ਢਾ ਦੇਵੇ ਤੇ ਕਦੋਂ ਇਹ ਸਾਡਾ ਦੁਬਾਰਾ ਸਫਰ ਸ਼ੁਰੂ ਹੋ ਰਿਹਾ ਹੈ ਅਸੀਂ ਤਾਂ ਇਹਨੂੰ ਇਦਾਂ ਹੀ ਮੰਨਾਂਗੇ ਵਾਹ ਕਿੰਨਾ ਵੱਡਾ ਪਲੇਟਫਾਰਮ ਸਾਡੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਔਰ ਦਾਤੀ ਦੀ ਰਹਿਮਤ ਹੈ ਔਰ ਸਾਡੇ ਭਾਜੀ ਜਤਿੰਦਰ ਸ਼ਾਹ ਜੀ ਬਾਕੀ ਵੀਰ ਜੀ ਸਾਰਿਆਂ ਦੀ ਬਹੁਤ ਇਹਨਾਂ ਨੇ ਇਹਨਾਂ ਨੇ ਵੀ ਸਾਡੇ ਤੇ ਰਹਿਮਤ ਕੀਤੀ ਜੀ ਹਾਂ ਔਰ ਰਾਜੀ ਰਹਿਣ ਖੁਸ਼ ਰਹਿਣ ਹਾਂਜੀ ਤੇ ਸੈਚਡੇ 9 ਸਪਟੈਂਬਰ ਹੋ ਰਿਹਾ ਜੀ ਆਪਣੇ ਟਾਊਨ ਦੇ ਵਿੱਚ ਬਰਮਿੰਗ ਹੈਮ ਦੇ ਵਿੱਚ ਸੰਡੇ 10 ਸਪਟੈਂਬਰ ਹੋ ਰਿਹਾ ਜੀ ਲੀਡਸ ਐਂਡ ਮੰਡੇ 11 ਸਪਟੈਂਬਰ ਹੋ ਰਿਹਾ ਜੀ ਗਲਾਸਕ ਦੇ ਵਿੱਚ ਤੇ ਯੂ ਹੈਵ ਟੂ ਬਾਏ ਯੂ ਟਿਕਟ ਟਿਕਟਾ ਕਾਲੀ ਕਾਲੀ ਖਰੀਦ ਲਓ ਹੋਣਾ ਤੁਸੀਂ ਫਿਰ ਬਾਅਦ ਚ ਕਹੋ ਜੀ ਤੁਸੀਂ ਲੇਟ ਪ੍ਰੋਗਰਾਮ ਦਿਖਾਇਆ ਤੇ ਸਾਨੂੰ ਟਿਕਟਾ ਨਹੀਂ ਮਿਲੀਆਂ ਸੋ ਹੁਣ ਸਾਡੇ ਕੋਲ ਜੇ ਤੁਸੀਂ ਲੰਡਨ ਦੇਖਣਾ ਹੈਗਾ ਸੋ ਯੂ ਗੋਟ 2 ਡੇਸ ਬਰਗਮ ਦੇਖਣਾ ਹੈਗਾ ਐਕ ਸਾਰੀ ਬੀਕ ਪਈ ਹੈ ਕਿਉਂਕਿ ਹਲੇ ਮੈਂ ਖੁਦ ਟਿਕਟ ਨਹੀਂ ਲਈ ਹੈਗੀ ਮੈਂ ਹਲੇ ਟਿਕਟ ਨਹੀਂ ਆ ਗਈ ਤੇ ਮੈਂ ਇਸ ਕਰਾ ਕੇ ਆਇਰਿਸ ਕਿ ਕਿ ਜਿਹੜਾ ਇੱਕ ਨੂਰਨ ਹੈਗਾ ਇਹ ਤੁਹਾਡੀ ਨਾਨੀ ਜੀ ਦਾ ਨਾਂ ਸੀਗਾ ਬੀਬੀ ਨੂਰਨ ਤੁਸੀਂ ਪਰਨਾਨੀ ਜੀ ਸੀ ਪਰਨਾਨੀ ਪਰਨਾਨੀ ਜੀ ਪਪਾ ਜੀ ਦੇ ਨਾਨੀ ਪਪਾ ਜੀ ਸਾਡੇ ਨਾਨੀ ਤੇ ਤੁਸੀਂ ਉਹ ਨਾਂ ਨੂੰ ਦੇਖੋ ਕਿੱਥੇ ਤੱਕ ਹਲੇ ਤੱਕ ਉਸ ਪ੍ਰਮਾਤਮਾ ਦੇ ਇਰਾਦੇ ਚੱਲੇ ਕਿ ਗਾਂ ਤੋਂ ਗਾਂ ਅਗਾ ਤੋਂ ਗਾਂ ਤੁਸੀਂ ਤਰੱਕੀਆਂ ਕਰਦੇ ਰਹੋ ਇਹ ਜੀ ਤਿੰਨ ਨਾਂ ਹੋਏ ਆ ਜੀ ਸਾਡੇ ਤਿੰਨਾਂ ਚੇਂਜ ਹੋਏ ਆ ਪਹਿਲਾਂ ਜੋਤੀ ਸੁਲਤਾਨਾ ਹੀ ਸੀ ਸਿੰਪਲ ਸੀ ਹਾਂਜੀ ਉਸ ਤੋਂ ਬਾਅਦ ਜੋਤੀ ਨੂਰਾ ਸੁਲਤਾਨਾ ਨੂਰਾ ਦੂਦਸ਼ਣ ਪੈ ਗਿਆ ਸੀ ਉਸ ਤੋਂ ਬਾਅਦ ਤੁਹਾਡੀ ਪੈਣਾ ਵੀਰਾਂ ਦੀ ਮਿਹਰ ਦੇ ਨਾਲ ਜਦੋਂ ਫੋਰਨ ਕੈਨੇਡਾ ਆਏ ਆ ਕੈਨੇਡਾ ਉਦੋਂ ਛੋਟਾ ਨਾਂ ਹੋਰ ਗਿਆ ਨੂਰਾ ਸਿਸਟਰ ਪਤਾ ਕੀ ਅ ਤਰ ਮੈਂ ਦੱਸਦੀ ਆ ਕਿ ਜਿਹੜੇ ਇੱਥੇ ਵੀ ਕਈ ਗਰੁੱਪ ਸਟਾਰਟ ਹੋਇਆ ਗਿਆ ਉਹਨਾਂ ਦੇ ਵੀ ਨਾਮ ਹਮੇਸ਼ਾ ਜਿਦਾਂ ਸਾਡਾ ਨੂਰ ਸਾਡੀ ਪੜਨਾਨੀ ਕੀ ਦਾ ਨਾਮ ਸੀਗਾ ਤੇ ਐਸ ਤਰ੍ਹਾਂ ਜਿਵੇਂ ਆਪਣੀ ਗੱਲ ਕਰਾਂ ਕਿ ਕਿ ਅਸੀਂ ਵੀ ਉਸ 뮤ਜ਼ਿਕ ਫੈਮਿਲੀ ਚ ਰਹਿ ਗਏ ਆ ਪਚੰਗੀ ਫੈਮਿਲੀ ਤੇ ਅਸੀਂ ਵੀ ਆਪਣੇ ਨਾਮ ਦੇ ਪਿੱਛੇ ਉਹੀ ਨਾਂ ਲਗਾ ਲੈਂਦੇ ਆ ਰਾਜਕੋੜ ਪਚੰਗੀ ਪਰ ਇਹ ਉਸ ਪ੍ਰਮਾਤਮਾ ਦੀ ਦਇਆ ਹੁੰਦੀ ਹੈਗੀ ਕਿ ਸਾਨੂੰ ਉਹਨਾਂ ਵੱਡਿਆਂ ਦਾ ਆਸ਼ੀਰਵਾਦ ਉਹ ਨਾਲ ਰਹਿੰਦੇ ਜੀ ਸਾਰੀ ਨਾਲ ਨਾਲ ਰਹਿੰਦੇ ਹੈਗੇ ਤੇ ਇੱਕ ਮੈਨੂੰ ਦੱਸੋ ਕਿ ਇਸ ਇਸ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੇ ਪੀਪਲ ਹੈਗੇ ਆ ਆ ਜਿਸ ਕੋਲ ਪੰਗੜਾ ਇਹ ਹੈਗੀ ਆ ਜੀ ਸੂਫੀਆਂ ਨਾਲ ਤੁਸੀਂ ਕੀ ਸੋਚਦੇ ਹੈਗੇ ਕਿ ਜਿਹੜੇ ਪੰਗੜੇ ਨੂੰ ਸੁਣ ਸੁਣਦੇ ਹੈਗੇ ਆ ਉਹ ਸੂਫੀਆਨਾ ਦੇ ਪਾਸੇ ਵੀ ਜਾਂਦੇ ਹੈਗੇ ਉਸ ਨੂੰ ਵੀ ਸੁਣਨਾ ਚਾਹੁੰਦੇ ਹੈਗੇ ਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਹੈਗਾ ਸੂਫੀਆਨਾ ਦਾ ਚੱਲ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਪੰਜਾਬੀ ਦੇ ਵਿੱਚ ਲੈਕਚਰ ਗਾਣੇ ਕਾਫੀ ਚੱਲਦੇ ਆ ਗਏ ਪਰ ਜਿਹੜੀ ਸੂਫੀਆਨਾ ਦੇ ਵਿੱਚ ਸਾਨੂੰ ਸੂਫੀਆਨਾ ਕਲਾਮ ਸੁਣ ਕੇ ਸ਼ਾਂਤੀ ਮਿਲਦੀ ਹੈਗੀ ਤੁਸੀਂ ਕੀ ਸੋਚਦੇ ਹੈਗੇ ਕਿ ਜਿਹੜੇ ਟੂ ਡਿਫਰੈਂਟ ਟਾਈਪਸ ਸੁਣਦੇ ਹੈਗੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਾਡੀ ਕੈਕੀ ਹੈ ਇਹ ਗਾਇਕੀ ਨਹੀਂ ਹੈ ਇਹ ਬਹੁਤ ਵੱਡਾ ਇੱਕ ਬੰਦਗੀ ਦਾ ਨਾਮ ਹੈ ਔਰ ਅਸੀਂ ਇਹਨੂੰ ਜਦੋਂ ਵੀ ਗਾਉਂਦੇ ਆ ਜਦੋਂ ਵੀ ਰਿਆਜ਼ ਕਰਦੇ ਆ ਜਿੱਥੇ ਵੀ ਗਾਉਂਦੇ ਖਾਂਦੇ ਪੀਂਦੇ ਬਹਿਨੇ ਉੱਠਦੇ ਸੀ ਜਦੋਂ ਗਾਉਂਦੇ ਇਹਨੂੰ ਅੱਲਾ ਦੀ ਬੰਦਗੀ ਦਾਤੇ ਦੀ ਬੰਦਗੀ ਕਰਕੇ ਗਾਉਂਦੇ ਔਰ ਸਾਡੇ ਲਈ ਇਹ ਬਹੁਤ ਇੱਕ ਜਿੱਦਾਂ ਆਪਾਂ ਚਿਰਾਗ ਰੋਸ਼ਨ ਕਰਦੇ ਆ ਨਾ ਸਾਡੇ ਲਈ ਇਹ ਉਹ ਚੀਜ਼ ਹੈ ਕਿਉਂਕਿ ਆ ਜਿਹੜੀਆਂ ਆਮ ਗੱਲਾਂ ਜਿੱਦਾਂ ਲੱਚਰ ਗਾਇਕੀ ਹੋਗੀ ਫਿਰ ਕਮਰਸ਼ੀਅਲ ਗਾਇਕੀ ਹੋਗੀ ਲੋਕ ਇਨੇ ਮੁੰਡੇ ਕੁੜੀਆਂ ਇੰਨਾ ਮਤਲਬ ਗਾਉਣ ਲੱਗ ਪਏ ਕਿੰਨੇ ਨੂੰ ਨਾ ਕਿਸੇ ਦੀ ਲੱਤ ਨਹੀਂ ਕਿਸੇ ਦੀ ਬਾਹ ਨਹੀਂ ਕਿਸੇ ਦਾ ਪੈਰ ਨਹੀਂ ਬਸ ਉਹ ਇਦਾਂ ਆ ਸਾਡੇ ਕੋਲ ਦਾ ਸਾਰਾ ਤਨ ਸੂਫੀ ਸੰਗੀਤ ਉਹਨੂੰ ਕਹਿੰਦੇ ਆ ਸਾਡੇ ਕੋਲ ਪੂਰਾ ਉਹਦਾ ਤਨ ਆ ਉਹ ਸਾਡੇ ਕੋਲ ਉਹ ਨਹੀਂ ਵੀ ਉਹਦੀ ਬਾਹ ਨਹੀਂ ਹੈ ਉਹਦੀ ਲੱਤ ਨਹੀਂ ਹੈ ਵੀ ਉਹਦੀ ਬਾਹ ਫੜ ਕੇ ਗਾਈ ਜੋ ਉਹਦਾ ਉਂਗਲ ਫੜ ਕੇ ਗਾਈ ਜੋ ਉਹ ਸਾਡੇ ਕੋਲ ਚੀਜ਼ ਨਹੀਂ ਸਾਡੇ ਕੋਲ ਹੈ ਤੇ ਪੂਰੀ ਚੀਜ਼ ਹੈ ਬਹੁਤ ਹੀ ਚੰਗੀ ਗੱਲ ਕੀਤੀ ਹੈ ਜੀ ਬਹੁਤ ਹੀ ਤੇ ਕੋਈ ਬੁੱਲੇ ਸ਼ਾਹ ਦਾ ਕੋਈ ਕਾਪੀਆ ਜਿਹਾ ਫੇਸ ਬੁੱਲੇ ਸ਼ਾਹ ਦਾ ਉੱਥੇ ਤੂੰ ਵਸੀ ਉੱਥੇ ਸ਼ੈਣਾ ਸੀ ਉਹ ਸਭ ਕੁਝ ਸਾਜਾ ਤੋਂ ਕੀ ਲੈਣਾ ਸੀ ਉਹ ਨਾਰੀਤਾ ਤੇ ਨਾ ਰਿਵਾਜ਼ਾਂ ਤੇ ਨਾਰੀਤਾ ਤੇ ਨਾ ਰਿਵਾਜ਼ਾਂ ਤੇ ਬੁੱਲਾ ਨੱਚਿਆ ਈ ਸਿੱਖਦੇ ਹੈ ਹਾਂ ਓ ਬੁੱਲਾ ਨੱਚਿਆ ਇਸ਼ਕ ਦੇ ਸਾਜਾਂ ਤੇ ਓ ਬੁੱਲਾ ਨੱਚਿਆ ਇਸ਼ਕ ਦੇ ਸਾਜਾਂ ਤੇ ਓ ਸਾਈ ਨੱਚਿਆ ਇਸ਼ਕ ਦੇ ਸਾਜਾਂ ਤੇ ਵਾਹ ਤੁਹਾਡੀ ਜਿਹੜੀ ਇੰਨੀ ਸੂਫੀਆਨਾ ਕਲਾਮ ਦੇ ਵਿੱਚ ਮੈਂ ਇੱਥੇ ਬੈਠੀ ਬੈਠੀ ਕੀ ਕਹਾਂ ਕਿ ਉਸ ਪ੍ਰਮਾਤਮਾ ਦੇ ਵਿੱਚ ਲੀਨ ਹੋਣ ਦੀ ਇੱਕ ਜੇ ਤੁਸੀਂ ਸੋਚੀਏ ਕਿ ਕੀ ਜਿਹੜੀ ਗਾਇਕੀ ਹੈਗੀ ਆ ਜਿਹਨੇ ਜਿਹੜੇ ਪਾਸੇ ਲੈ ਕੇ ਜਾਣੇ ਬਰਟ ਜਿਹੜੀ ਗਾਇਕੀ ਸਾਡੀ ਸੂਫੀਆਨਾ ਜਿਹਨੂੰ ਕਹਿੰਦੇ ਆ ਗਿਆ ਵਾਉ ਸਲੂਟ ਆਫ ਯੂ ਤੁਹਾਡੇ ਦੋਨਾਂ ਦੇ ਉੱਤੇ ਥੈਂਕ ਯੂ ਕਾਫੀ ਸਲੂਟ ਹੈਗਾ ਤੇ ਜਿਹੜਾ ਤੁਹਾਨੂੰ ਇੰਨਾ ਮਾਣ ਸਨਮਾਨ ਬਖਸ਼ਿਆ ਹੈਗਾ ਉਸ ਪਰਮਾਤਮਾ ਨੇ ਕਾਫੀ ਅਵਾਰਡ ਵੀ ਮਿਲੇ ਹੈਗੇ ਤੇ ਤੁਸੀਂ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਨਕੋਦਰ ਜਿਹੜਾ ਬੜਾ ਹੋਇਆ ਹੈਗਾ ਪ੍ਰਸਿੱਧ ਇਹ ਉਹਨਾਂ ਦੀ ਮਿਹਰ ਹੈ ਜੀ ਸਾਡੇ ਬਾਪੂ ਲਾਡੀ ਸਾਈਂ ਜੀ ਉਹਦਾ ਤਾਂ ਮੁਰਾਛਾ ਜੀ ਇਹ ਸਭ ਉਹਨਾਂ ਦੀ ਉਹਨਾਂ ਨੇ ਇੱਕ ਰਾਤ 'ਚ ਸਾਨੂੰ ਸਟਾਰ ਬਣਾ ਦਿੱਤਾ ਜੀ ਜਦੋਂ ਮਤਲਬ ਕਿ ਸਾਨੂੰ ਅਸੀਂ ਇਹ ਰੀਅਲ ਗੱਲ ਦੱਸਣ ਲੱਗੀ ਸਾਨੂੰ ਨੂੰ ਕੋਦਰ ਦੇ ਵਿੱਚ ਪਤਾ ਨਹੀਂ ਸੀ ਕਿ ਸਾਈਂ ਜੀ ਦਾ ਦਰਬਾਰ ਓਕੇ ਕਿਉਂਕਿ ਕਦੀ ਬਾਹਰ ਨਿਕਲੇ ਹੀ ਨਹੀਂ ਗਏ ਬਸ ਘਰ ਰਿਆਜ਼ ਕਰਦੇ ਹੁੰਦੇ ਸੀਗੇ ਉਹਦੋਂ ਮਾੜੇ ਮੋٹے ਸ਼ੋਅ ਲਾਉਂਦੇ ਹੁੰਦੇ ਸੀ ਤੇ ਬਸ ਜਦੋਂ ਮੇਰੇ ਪਾਪਾ ਦੇ ਇਦਾਂ ਹੀ ਫਰੈਂਡਸ ਨੇ ਤਾਂ ਉਹਨਾਂ ਨੇ ਮੇਰੇ ਪਾਪਾ ਨੂੰ ਕਿਹਾ ਵੀ ਬਾਜੀ ਸਤਾਜੀ ਸ਼ੋਅ ਲਾਉਣਾ ਇਦਾਂ ਕੁੜੀਆਂ ਦਾ ਵੀ ਇਦਾਂ ਦਰਬਾਰ ਅਸੀਂ ਚੱਲ ਗਏ ਉੱਥੇ ਨਾ ਸਾਨੂੰ ਕਹਿੰਦੇ ਵੀ ਕੁੜੀਆਂ ਨੂੰ ਇਹ ਰੀਅਲ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਕਹਿੰਦੇ ਕੁੜੀਆਂ ਨੂੰ 10 ਮਿੰਟ ਗਾਉਣ ਦੇਣਾ ਬਸ ਤਾਂ ਉਹ ਸਾਰੇ ਕਹਿੰਦੇ ਠੀਕ ਹੈ ਜੀ ਮਾਨਸਾਬੀ ਜੀ ਮਾਨਸਾਬੀ ਸੀ ਉੱਥੇ ਬੈਠੇ ਤਾਂ ਕਹਿੰਦੇ ਕੁੜੀਆਂ ਨੂੰ 10 ਮਿੰਟ ਗਾਉਣ ਦੇਣਾ ਫਿਰ ਜਦੋਂ ਤੁਸੀਂ ਗਾਇਆ ਫਿਰ 2 ਘੰਟੇ ਗਾਇਆ ਸੀ 10 ਔਰ ਦੇਖੋ ਦਾਤੀ ਦੀ ਇੰਨੀ ਰਹਿਮਤ ਆ ਫਿਰ ਇੱਕ ਰਾਤ ਦੇ ਵਿੱਚ ਉਹਨਾਂ ਨੇ ਸਟਾਰ ਬਣਾ ਦਿੱਤਾ ਜੀ ਸੁਪਰਸਟਾਰ ਸਫਰ ਚੱਲਦਾ ਆ ਔਰ ਬਾਕੀ ਸਾਈਂ ਜੀ ਦੀ ਰਹਿਮਤ ਆ ਜੀ ਸਾਡੇ ਅੱਲਾ ਮੀਆਂ ਦੀ ਦਾਤੀ ਦੀ ਰਹਿਮਤ ਤੇ ਜਿਹੜਾ ਉੱਥੇ ਤੁਸੀਂ ਸੂਫੀ ਕਲਾਮ ਗਾਇਆ ਸੀ ਪਹਿਲੀ ਵਾਰ ਪਲੀਜ਼ ਉਸਦੀアドੋ ਲੈਣ ਕਿ ਅੱਜ ਮੈਨੂੰ ਲੱਗ ਰਿਹਾ ਕਿ ਜਿਹੜੀ ਅੱਲਾ ਹੋ ਗਿਆ ਸੀ ਅੱਲਾ ਹੋ ਗਿਆ ਜਿਹੜੀ ਇੰਟਰਵਿਊ ਹੈਗੀ ਆ ਉਹਨੂੰ ਇੱਕ ਪਾਸੇ ਰੱਖ ਦਿਓ ਤੇ ਸਾਡੇ ਜਿਹੜੇ ਸੂਫੀਆਂ ਨਾਲ ਕਲਾਮ ਹੈਗੇ ਉਹਨਾਂ ਨੂੰ ਬੈੱਕੇ ਸੁਣੀ ਦਾ ਸਾਡੇ ਖੁਦ ਘਰੇ ਜੀ ਦਰਬਾਰ ਹੈ ਅਸੀਂ ਮੰਨਦੇ ਆ 11ਵੀਂ ਵਾਲੀ ਸਰਕਾਰ ਜੀ ਉਸ ਵਾਕ ਸਰਕਾਰ ਦੀ ਤੇ ਬੜੇ ਵੱਡੇ ਪਦਰ ਤੇ ਜੀ ਹਰ ਸਾਲ ਮੇਲਾ ਹੁੰਦਾ ਜੀ ਉਹਨਾਂ ਦਾ ਬੜਾ ਵੱਡਾ ਉਸ ਮਨਾਇਦਾ ਉਹਨਾਂ ਦਾ ਤੇ ਬਹੁਤ ਬੜੇ ਬੜੇ ਸਿੰਗਰ ਆਉਂਦੇ ਆ ਮਾਲਕ ਦੀ ਮੇਰ ਦੇ ਨਾਲ ਜੀ ਤੇ ਬੜਾ ਚੰਗਾ ਲੱਗਦਾ ਹੈ ਵਿਆਹ ਕਰੀਦਾ ਜੀ ਉਹਨਾਂ ਦਾ ਦੋ ਘਹਿਣਾ ਵੀ ਨਿਕਲੀਆਂ ਹੈਗੀਆਂ ਗੋਲੀਆਂ ਜੀਆਂ ਨਿੱਕੀਆਂ ਜੀਆਂ ਨਹੀਂ ਤੁਸੀਂ ਬਤਾ ਕੀ ਆ ਇਕਨਕਿਆ ਆਪਾਂ Sunday ਹੈਗੀਆਂ ਟੈਲੀ ਤੇ ਦੇਖਦੇ ਆ ਗਿਆ ਜਦੋਂ ਪਰਸਨਲੀ ਤੁਹਾਨੂੰ ਮਿਲਦਾ ਮੌਕਾ ਮਿਲਦਾ ਹੈਗਾ ਐ ਸੁਲਤਾਨਾ ਜੀ ਤੇ ਜੋਤੀ ਜੀ ਉਹ ਦੀ ਇੱਕ ਬੱਕਰਾ ਜਿਹੜੀ ਫੀਲਿੰਗ ਹੁੰਦੀ ਹੈਗੀ ਉਹ ਉਹ ਹੁੰਦੀ ਹੈਗੀ ਮਤਲਬ ਕਿ ਨਾ ਆਪਣੇ ਚ ਉਹ ਨਹੀਂ ਗੱਲ ਹੈਗੀ ਜਿੱਦਾਂ ਵੱਡੇ ਐਟੀਟਿਊਡ ਉਹ ਨਹੀਂ ਹੈਗਾ ਹੁਣ ਜਿੱਦਾਂ ਦੇ ਅਸੀਂ ਆ ਉਦਾਂ ਦੇ ਤੁਸੀਂ ਬਸ ਇਨਸਾਨ ਤਾਂ ਆਮ ਹੀ ਹੰਦਾ ਬੰਦਾ ਕਹਿੰਦੇ ਨੇ ਕਿ ਜੇ ਤੁਸੀਂ ਸਾਡੇ ਡੈਡੀ ਕਹਿੰਦੇ ਹੁੰਦੇ ਕਿਉਂਕਿ ਅਸੀਂ ਜ਼ਿਆਦਾ ਮੋਹ ਦੀ ਡੈਡੀ ਤੋਂ ਜਿੱਦਾਂ ਤੁਸੀਂ ਡੈਡੀ ਕੁੜੀਆਂ ਹੈਗੀਆਂ ਤੇ ਅਸੀਂ ਆਪਣੇ ਡੈਡ ਦੇ ਕੁੜੀ ਹੈਗੀਆਂ ਤੇ ਅਸੀਂ ਡੈਡੀ ਨੂੰ ਫੋਲੋ ਕਰਦੇ ਹੈਗੀਆਂ ਤੇ ਕਹਿੰਦੇ ਹੁੰਦੇ ਕਿ ਜੇ ਤੁਸੀਂ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਹੈਗੀਆਂ ਠੀਕ ਹੈ ਤੁਸੀਂ ਜਾਂਦੇ ਹੈਗੇ ਪਰ ਜਿਹੜੀ ਤੁਹਾਡੀ ਥਿੰਕਿੰਗ ਹੈਗੀ ਅੱਜ ਜਦ ਤੁਸੀਂ ਕਿਹਾ ਕਿ ਜਿਹੜੀ ਤੁਹਾਡੀ ਬੋਥ ਹੈਗੀ ਕਿ ਮਾਨ ਹੋ ਜਾਂਦਾ ਯੈਸ ਮੈਂ ਨੂਰਨ ਸਿਸਟਰ ਉਸ ਨੂੰ ਜੇ ਤੁਸੀਂ ਆਪਣੀ ਨੀਅਤ ਨੂੰ ਥੱਲੇ ਰੱਖ ਦੇਗੇ ਪਰਮਾਤਮਾ ਚਾਰ ਚੰਦ ਲਗਾਉਂਦਾ ਹੈਗਾ ਨੀਵੇਂ ਰੁੱਖ ਨੂੰ ਫਲ ਲੱਗਦੇ ਜੀ ਬੜਾ ਉੱਚਾ ਕਰਾਂਗੇ ਸੁੱਕਣਾ ਹੀ ਉਹਨੇ ਬੜਾ ਸੁੱਕ ਕੇ ਡਿੱਗੇ ਜਾਣਾ ਹੈ ਡਿੱਗੇ ਜਾਣਾ ਹਾਂ ਤੇ ਜਿਹੜੇ ਤੁਹਾਨੂੰ ਅਵਾਰਡ ਮਿਲੇ ਹੈਗੇ ਇਹ ਇਹ ਹੈਗੇ ਜੀ ਸਿੱਧੀਆਂ ਗੱਲਾਂ ਕਰਦੇ ਨਹੀਂ ਨਹੀਂ ਅੱਜ ਅੱਜ ਅਸੀਂ ਜੀ ਪੰਜ ਭੈਣ ਭਰਾ ਆਏ ਸਾਡਾ ਇੱਕੋ ਹੀ ਬ੍ਰਦਰ ਹੈ ਨਾਲ ਆਇਆ ਤਬਲਾ ਪਲੇ ਕਰਦਾ ਜੀ ਤੇ ਉਹ ਦਸੀ ਕਾਫੀ ਲੇਟ ਸੀ ਸਾਡੀ ਲੇਟ ਆ ਇਸ ਕਰਕੇ ਅਸੀਂ ਫਲਾਈਟ ਤੋਂ ਵੀ ਲੇਟ ਇਸ ਕਰਕੇ ਹੋਏ ਸਾਡੀ ਛੋਟੀ ਬਹੁਤ ਜ਼ਿਆਦਾ ਸੀਰੀਅਸ ਹੈ ਜੀ ਉਹਨੂੰ ਪ੍ਰੋਬਲਮ ਹੈ ਥੋੜੀ ਜਿਹਾ ਉਹਦਾ ਨਾ ਰੀਤੂ ਹੈ ਜੀ ਸਾਰਿਆਂ ਤੋਂ ਛੋਟੀ ਹੈ ਓਕੇ ਤੇ ਚਾਰ ਸਿਸਟਰਾਂ ਇੱਕੋ ਹੀ ਭਰਾ ਹੈ ਲਾਸਟ ਰੀਤੂ ਹੈ ਬ੍ਰਦਰ ਤੋਂ ਛੋਟੀ ਔ ਗਟ ਫੁਲਸ ਤੇ ਮੇਰੇ ਪਾਪਾ ਦੀ ਇਹ ਕਹਿਣਾ ਕਿ ਮੇਰੇ ਇਹ ਬੇਟੀਆਂ ਨਹੀਂ ਮੇਰੇ ਪੰਜੇ ਮੁੰਡੇ ਹੈ ਜੀ 10 ਨਾਈਸ ਇੱਕ ਨਹੀਂ ਮੇਰੇ ਪੰਜੇ ਮੁੰਡੇ ਪੰਜ ਬੋਏ ਆ ਗਿਆ ਤੇ ਰਣਾ ਸਾਡੇ ਨਾਲ ਦੋਸਤਾਂ ਵਾਂਗੂ ਕੰਮ ਕਰਨਾ ਫ੍ਰੈਂਟਲੀ ਰਹਿੰਦੇ ਸਾਡੇ ਨਾਲ ਬਹੁਤ 10 10 ਨਾਈਸ ਕਿ ਜੁਰ ਅਸੀਂ ਵੀ ਮੁੰਡਿਆਂ ਵਾਂਗੂ ਹੀ ਕੰਮ ਕੀਤੇ ਕਦੀ ਇਹ ਨਹੀਂ ਸੋਚਿਆ ਵੀ ਅਸੀਂ ਕੁੜੀਆਂ ਜਨਾਂ ਕਦੀ ਨਹੀਂ ਮੈਂ ਮੈਂ ਏਸੀ પાસે ਆ ਰਹੀ ਸੀ ਕਿ ਕਿ ਆਪਾਂ ਜਿਹਨ ਪੰਜਾਬ ਦੇ ਵਾਲੇ ਝਾਤੀ ਮਾਰੀਏ ਜਿਵੇਂ ਆਪਾਂ ਪੰਜਾਬ ਦੇ ਵਿੱਚ ਹੁੰਦੇ ਕਿਉਂਕਿ ਅਸੀਂ ਉਸ ਮਾਹੌਲ ਦੇ ਵਿੱਚ ਰਹਿ ਕੇ ਆਏ ਆਈਆਂ ਸੋ ਇੱਕ ਹੁੰਦਾ ਕਿ ਕਦੇ ਅਸੀਂ ਅਜੇ ਤੱਕ ਵੀ ਆਪਣੇ ਕਮਰੇ ਦੀ ਸਫਾਈ ਆਪ ਕਰਦੇ ਹਜੇ ਤੱਕ ਵੀ ਦੋਨੋਂ ਜਣੇ ਹਾਂਜੀ ਕਰਦਾ ਕੰਮ ਵੀ ਸਾਰਾ ਕਰ ਲਈਦਾ ਵਾਹ ਜਦੋਂ ਫ੍ਰੀ ਹੋਈਦਾ ਤੇ ਪਹਿਲਾਂ ਨਹੀਂ ਕਰਦੀ ਹੁੰਦੀ ਪਹਿਲਾਂ ਨਹੀਂ ਕਰ ਦਸੀ ਹਾਂ ਨਾ ਹਾਂ ਨਾ ਕਿੱਕ ਬੋ ਮਾਰ ਦਿੰਦੇ ਹਾਂ ਹਾਂ ਬਸ ਜਾਣੇ ਮੇਰੀ ਮੰਮੀ ਵੀ ਮੈਨੂੰ ਕਹਿ ਦਿੰਦੀ ਹੁੰਦੀ ਅਗਲੇ ਜੀ ਇਹ ਕੁਛ ਕਰ ਲਿਆ ਕਰ ਹਾਂ ਸੌਰੀ ਜਣਾ ਸੌਰੀ ਜਣਾ ਮੈਂ ਕਹਿੰਦਾ ਕੋਈ ਨਹੀਂ ਮੈਨੂੰ ਆਉਂਦਾ ਆ ਕੋਈ ਨਹੀਂ ਮੈਂ ਨਹੀਂ ਕਰਨਾ ਜੇ ਤੁਸੀਂ ਐਜ਼ ਅ ਸਿਸਟਰ ਤੁਹਾਨੂੰ ਕਿਤੇ ਮੌਕਾ ਮਿਲੇ ਕਿ ਤੁਸੀਂ ਇਕੱਲੀਆਂ ਇਕੱਲੀਆਂ ਨਿਗਾਉਣਾ ਹੈਗਾ ਜਿਦਾ ਮੈਂ ਸੇ ਨੂਰਨ ਸਿਸਟਰ ਤੇ ਜੋਤੀ ਬਖ ਹੋ ਜਵੇ ਸੁਲਤਾਨਾ ਬਖ ਹੋ ਜਵੇ ਨਹੀਂ ਜੀ ਨਹੀਂ ਨਹੀਂ ਨਾ ਨਾ ਆਈ ਨਾ ਆਈ ਨਾ ਸਿਸਟਰ ਉਹ ਮੈਂ ਕਹਾਂ ਵੇਸੇ ਤਾਂ ਜੀ ਇਹ ਜੋੜੀ ਸਲਾਮਤ ਰੱਖੇ ਕਦੀ ਹੋਇਆ ਨਹੀਂ ਹੈ ਹਾਂ ਜੀ ਨਹੀਂ ਨਹੀਂ ਮੇਰਾ ਮਤਲਬ ਕਹੀ ਹੁੰਦਾ ਹੈ ਕਿ ਜਦੋਂ ਹਣ ਕੇ ਪ੍ਰੋਡਿਊਸਰਾਂ ਦੇ ਕਿ ਉਹਨਾਂ ਨੇ ਕਹਿਣਾ ਕਿ ਨਹੀਂ ਅਸੀਂ ਪਹਿਲਾਂ ਤੁਸੀਂ ਇੱਕ ਗਾਣਾ ਗਾਓ ਤੇ ਬਾਅਦ ਵਿੱਚ ਤੁਸੀਂ ਸਾਡੇ ਲਈ ਇੱਕ ਗਾਣਾ ਗਾਣਾ ਹੈਗਾ ਨਹੀਂ ਨਹੀਂ ਇਹ ਤਾਂ ਸਿੱਖ ਚੌਣੇ ਕੁ ਹੋਵੇ ਹੀ ਨਾ ਬੁਲਾਉਣ ਸਾਨੂੰ ਕੱਟਿਆਂ ਨੂੰ ਸ਼ੁਰੂ ਤੋਂ ਕੱਠੇ ਤੁਰੇ ਆਏ ਜੀ ਕੱਠੇ ਰਹੀਏ ਨਹੀਂ ਨਹੀਂ ਤੁਹਾਡੀ ਜੋੜੀ ਹੈ ਨਾ ਸਦਾ ਸਲਾਮ ਅਲੱਗ ਹੁੰਦਾ ਕਦੀ ਨਹੀਂ ਮੇਰਾ ਸੋਚਿਆ ਵੀ ਨਹੀਂ ਤੀਨੋ ਬਾਅਦ ਕਰਕੇ ਕਈ ਪ੍ਰੋਡਿਊਸਰ ਹੁੰਦੇ ਆਗੇ ਉਹਨਾਂ ਨੇ ਕਹਿਣਾ ਕਿ ਚਲੋ ਨਹੀਂ ਅੱਜ ਤੁਸੀਂ ਇੱਕ ਇੱਕ ਗਾਣਾ ਤੁਸੀਂ ਗਾ ਦਿਓ ਕਾ ਲਓ ਜੀ ਤੁਸੀਂ ਗਾ ਦਿਓ ਜੀ ਜੀ ਕਿਤੇ ਚਲੋ ਕੋਈ ਗੱਲ ਨਹੀਂ ਹੋ ਤਾਂ ਅੱਲਾ ਦੀ ਮਿਹਰ ਹੈ ਜੀ ਕਹਿਣਗੇ ਗਾਣਾ ਤੁਸੀਂ ਕਰ ਲਓ ਕੋਈ ਨਹੀਂ ਹੋਰ ਵੀ ਕੋਈ ਸਿੰਗਰ ਹੈਗੇ ਉਹ ਕਰ ਲੈਣਗੇ ਗਾਣੇ ਕੋਈ ਵੱਡੀ ਕੋਈ ਕੋਈ ਅੱਜ ਇਹ ਗੱਲ ਦਾ ਗਾਣਾ ਹੋਵੇ ਕੰਮ ਤਾਂ ਜੀ ਮਰਿਆਂ ਵੀ ਸਾਰੇ ਹੋ ਹੀ ਜਾਣੇ ਆ ਹਾਂ ਜੀ ਹਨਾ ਤੇ ਮੁੜ ਕੇ ਆਵਦਾ ਖੂਨੀ ਨਾ ਮਿਲਦਾ ਨੇ ਉਹ ਹੀ ਮੇ ਭੈਣਾ ਭਰਾ ਵਗੈਰ ਜਿਹੜੀ ਸਿਚੁਏਸ਼ਨ ਤੁਹਾਡੀ ਨਾ ਤੁਸੀਂ ਬਹੁਤ ਹੀ ਅਸ਼ਾਂਸਰ ਦਿੱਤਾ ਹੈਗਾ ਕਿ ਜਿੰਨਾ ਮਰਜੀ ਦੁੱਖ ਸੁੱਖ ਹੋਵੇ ਫੈਮਲੀ ਦੇ ਵਿੱਚ ਕੋਈ ਵੀ ਰੁਕਾਵਟ ਆ ਜਾਵੇ ਪਰ ਜਿਹੜੀ ਨੂਰਨ ਸਿਸਟਰ ਸਾਡੀਆਂ ਇਸ ਤਰ੍ਹਾਂ ਮੁਸਕਰਾਉਂਦੀ ਹੈ ਇਦਾਂ ਹੀ ਰਹੀ ਹੈ ਜੀ ਅਸੀਂ ਇਹ ਜੀ ਇਦਾਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਮੈਂ ਕਿੰਨੀ ਵੱਡੇ ਵੱਡੇ ਪਹਾੜ ਵੀ ਪਿੱਛੇ ਚੱਲ ਜਾਂਦੇ ਹੂੰ ਵੱਡਿਆਂ ਦੀ ਸਿਆਣੇ ਦੀ ਗੱਲ ਸਿੱਧੀ ਜਦੋਂ ਤੁਸੀਂ ਕਹਿੰਦੇ ਮੈਂ ਸਿੱਧੀਆਂ ਗੱਲਾਂ ਕਰਦੀ ਮੇਰੀ ਸਿੱਧੀ ਗੱਲ ਸਿਆਣੇ ਕਿੰਨੇ ਹੁੰਦੇ ਨਾ ਪਿਆਰ ਨਾਲ ਭਾਂ ਜਾਨਵੀ ਲੈ ਲੋ ਪਿਆਰ ਨਾਲ ਬਲਾਉ ਸਾਨੂੰ ਦੋਨਾਂ ਨੂੰ ਇਹ ਨਾ ਮੈਂ ਕਹਾਂ ਕਦੀ ਸੋਚੋ ਵੀ ਅਸੀਂ ਅਲੱਗ-ਅਲੱਗ ਹੋਈਏ ਇੱਕ ਸੈਕਿੰਡ ਦਾ ਵੀ ਫਾਂਸਲਾ ਨਾ ਆਵੇ ਸਾਡੇ ਚ ਹਾਂ ਬਲੈਸੀ ਬਹੁਤ ਨੇ ਕਈਆਂ ਨੂੰ ਹੁੰਦਾ ਹੈਗਾ ਨਾ ਜਿਹੜੇ ਪ੍ਰੋਡਿਊਸਰ ਹੁੰਦੇ ਨੇ ਔਰ ਮੈਂ ਹਜੇ ਤੱਕ ਵੀ ਅਸੀਂ ਮਾਰਕੀਟ ਵਗੈਰਾ ਚੱਲ ਜਾਈਦਾ ਆਰਾਮ ਨਾਲ ਦੁਨੀਆ ਬਹੁਤ ਤੰਗ ਕਰਦੀ ਪਰ ਅਸੀਂ ਜਾਈਦਾ ਮੂਲ ਵੇਟ ਕੇ ਮੂਲ ਵੇਟੇ ਚ ਵੀ ਪਛਾਣ ਲੈਂਦੇ ਓਦਾਂ ਹੀ ਗੱਲ ਹੈ ਸਾਡੀ ਜਿੱਦਾਂ ਅਸੀਂ ਪਹਿਲਾਂ ਹੁੰਦੇ ਸੀ ਨੋਰਮਲ ਲਾਈਫ ਜੀ ਨੇ ਨੋਰਮਲ ਲਾਈਫ ਜਿੱਦਾਂ ਜੀ ਨੇ ਹਣ ਵੀ ਉਦਾਂ ਆ ਬੁਰਕੇ ਟਾਈਪ ਬੁਰਕੇ ਪਾ ਕੇ ਜਾਂਦਾ ਸਾਡੇ ਬੁਰਕੇ ਵੀ ਪੰਦੇ ਜਾਂਦੀਦਾ ਤੇ ਉਹ ਡਰੈਸ ਪਾ ਜਾਂਦੀ ਇਹ ਪੂਰੀ ਮੂੰਹ ਟੱਕ ਲਈਦਾ ਆਪਣਾ ਵੀ ਕੋਈ ਪਛਾਣ ਨਹੀਂ ਤਾਂ ਵੀ ਪਛਾਣ ਲੈਂਦੇ ਨੇ ਇਹ ਵੀ ਕਹਿੰਦੇ ਨੇ ਕਿ ਇਹ ਜੀ ਨੂਰਨ ਸਿਸਟਰ ਹੈਗੀਆਂ ਤੁਹਾਨੂੰ ਕਿੱਦਾਂ ਲੱਗਦਾ ਕਿ ਜੇ ਤੁਸੀਂ ਇੱਕ ਨੋਰਮਲ ਕੁੜੀਆਂ ਸੀਗੀਆਂ ਤੇ ਹੁਣ ਤੁਹਾਨੂੰ ਉਸ ਪਰਮਾਤਮਾ ਨੇ ਇੰਨੀ ਵੱਡੀ ਜਿਹੜੀ ਸਖਸ਼ੀਅਤ ਬਣਾਇਆ ਹੈ ਇੰਨਾ ਵੱਡਾ ਮਾਣ ਬਖਸ਼ਿਆ ਹੈਗਾ ਤਾਨੂੰ ਉਹ ਜਿਹੜੀ ਲਾਈਫ ਸੀ ਨੋਰਮਲ ਲਾਈਫ ਜਿਆਦਾ ਪਸੰਦ ਸੀਗੀ ਕਿ ਜਿਹੜੀ ਹੁਣ ਤੁਹਾਡੀ ਸਾਰੇ ਕਹਿੰਦੇ ਨੇ ਕਿ ਮੈਂ ਸਹੀ ਤੁਹਾਨੂੰ ਗੱਲ ਦੱਸਾਂ ਸਾਡੇ ਲਈ ਉਦਾਂ ਹੀ ਆ ਨੋਰਮਲ ਲਾਈਫ ਅੱਜ ਵੀ ਉਦਾਂ ਹੀ ਆ ਕਿਉਂਕਿ ਜਿੰਨੇ ਹੀ ਅਸੀਂ ਉਦਾਂ ਨੋਰਮਲ ਲਾਈਫ ਆਹ ਨਹੀਂ ਪਤਾ ਹੀ ਨਹੀਂ ਕੁਝ ਵੀ ਨੋਰਮਲ ਲਾਈਫ ਪਹਿਲਾਂ ਕਿਦਾਂ ਸੀ ਹੁਣ ਨਾਮ ਹੋ ਗਿਆ ਰੱਬ ਦੀ ਦਾਤ ਸਾਡੇ ਚ ਜੀ ਮਜਾਜ ਅਲੀ ਤਾਂ ਵੈਸੇ ਗੱਲ ਹੈ ਨਹੀਂ ਕੀ ਮਾਲਕ ਦੀ ਮਿਹਰ ਦੇ ਨਾਲ ਉਹ ਤਾਂ ਹੀ ਇਸੇ ਗੱਲ ਨੂੰ ਜੀ ਚੜ੍ਹਾਈ ਆਉਂਦੇ ਆ ਉੱਪਰ ਮਹਾਰਾਜ ਦੀ ਮਿਹਰ ਦੇ ਨਾਲ ਵਕ ਵਕ ਕੰਟਰੀਆਂ 'ਚ ਜਾ ਆਏ ਆ ਜੀ ਬੜਾ ਤੁਹਾਡੇ ਵਰਗੇ ਪੈਣਾ ਵੀਰਾਂ ਦਾ ਬਹੁਤ ਪਿਆਰ ਮਿਲਦਾ ਜੀ ਬਜ਼ੁਰਗਾਂ ਦਾ ਆਸ਼ੀਰਵਾਦ ਇਸੇ ਕਰਕੇ ਮਿਲਦਾ ਤੇ ਉਹਨਾਂ ਨੇ ਕਿਹਾ ਵੀ ਬਸ ਹਰ ਟਾਈਮ ਨਾਲ ਰਹਿੰਦੇ ਪੁੱਤ ਨਿਮਰਤਾ ਹੀ ਰੱਖੋ ਬਸ ਜਿਹੜੇ ਸਿੰਗਰ ਹਨ ਨਾ ਉਹਨਾਂ ਦੇ ਦਿਲ ਨੇ ਕੋਮਲ ਪਤਾ ਨਹੀਂ ਕਿਉਂ ਹੁੰਦੇ ਉਹਨਾਂ ਦੇ ਦਿਲ ਬਹੁਤ ਕੋਮਲ ਹੁੰਦੇ ਪਰ ਜਦੋਂ ਉਹਨਾਂ ਨੂੰ ਕੋਈ ਤੰਗ ਕਰਦਾ ਨਾ ਫਿਰ ਬੜਾ ਔਖਾ ਲੱਗਦਾ ਹੈ ਨਾ ਚਾਹੇ ਸਾਨੂੰ ਵੀ ਕੋਈ ਜਿੱਦਾਂ ਟੈਨਸ਼ਨ ਹੁੰਦੀ ਜਾਂ ਕੁਝ ਹੁੰਦਾ ਨਾ ਦੋਕ ਦੋ ਤਿੰਨ ਦਿਨ ਟੈਨਸ਼ਨ ਲਈਦੀ ਆ ਬੋਲੇ ਇਹਦਾ ਪਰ ਬਾਤ ਨਹੀਂ ਯਾਰ ਕੋਈ ਨਹੀਂ ਚੜਭਰੇ ਟੈਂਸ਼ਨ ਆਮੀ ਕਾ ਤਾਂ ਲੈਣੀ ਹੁੰਦਾ ਇਦਾਂ ਹੈ ਨਾ ਸਾਡੇ ਦਿਲ ਪਤਾ ਨਹੀਂ ਕਿਉਂ ਕੌਮ ਲੈਨੇ ਮੇਰੇ ਖਿਆਲ ਜਿੰਨੇ ਵੀ ਅਸੀਂ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਜੀ ਕਿਸੇ ਦਾ ਦੁੱਖ ਦੇਖ ਕੇ ਉਹ ਵੀ ਐ ਲੱਗਦਾ ਆਪਣੇ ਸੱਟ ਲੱਗੀ ਯਾਰ ਆਪਣਾ ਦੁੱਖ ਉਹ ਦੇਖ ਕੇ ਰੋ ਪਈਦਾ ਜੀ ਮੈਂ ਮੈਂ ਸੋਚਿਆ ਕਿ ਜਿੰਨੇ ਵੀ ਸਿੰਗਰ ਹੈਗੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੇ ਸਿੰਗਰਾਂ ਦਾ ਦਿਲ ਏਸ ਤਰ੍ਹਾਂ ਦਾ ਹੈਗਾ ਉਹ ਇੱਕ ਦੂਜੇ ਦੇ ਨਾਲ ਕੋਈ ਵੀ ਪ੍ਰੋਬਲਮ ਹੋ ਜਾਵੇ ਜਾਂ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤੇ ਜਿਹੜੇ ਸਿੰਗਲ ਸਬ ਤੋਂ ਪਹਿਲਾਂ ਆਉਂਦੇ ਹੈਗੇ ਆ ਇੱਕ ਦੂਜੇ ਦੀ ਆਪਣੀ ਗਾਇਕੀ ਦੇ ਤੌਰ ਤੇ ਦੱਸਦੇ ਹੈਗੇ ਕਿ ਕੀ ਸਿਚੁਏਸ਼ਨ ਹੋ ਰਹੀ ਏ ਇਸ ਵਕਤ ਕੀ ਸਾਨੂੰ ਕਰਨਾ ਚਾਹੀਦਾ ਹੈਗਾ ਕਿਉਂਕਿ ਮੇਰੇ ਚਾਚਾ ਜੀ ਜਦੋਂ ਐਕਸਪਾਇਰ ਹੋ ਸਕੇ ਅਸੀਂ ਜਾਣਾ ਸੀ ਬੰਬੇ ਮੇਰੇ ਨਾਲ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਹੋ ਗਏ 3-4 ਸਾਲ ਜ਼ਿਆਦਾ ਹੋ ਗਏ 5-6 ਇਅਰ ਹੋ ਗਏ ਮੈਨੂੰ ਲੱਗਦਾ ਤੇ ਜਦੋਂ ਐਕਸਪਾਇਰ ਹੋਇਓ ਸਾਡੀ ਸੀ ਬੰਬੇ ਦੀ ਫਲਾਈਟ ਅਸੀਂ ਜਾਣਾ ਸੀ ਬੰਬੇ ਅੱਲਾਹੁ ਕਰਨਾ ਸੀ 4 ਮਾਰਚ ਦੀ ਫਲਾਈਟ ਸੀ ਦੇਖੋ ਚਾਚਾ ਜੀ ਦੀ ਮੇਰੀ ਸਾਡੇ ਦੀ ਡੈੱਡ ਬੋਡੀ ਪਈ ਅਸੀਂ ਇੱਦੇ ਚਲੇ ਗਏ ਵੀ ਮਤਲਬ ਇੰਨਾ ਸਿੰਗਰ ਦੀ ਇੰਨੀ ਕਠਿਨ ਲਾਈਫ ਆਏ ਲੈ ਤੁਹਾਡੀ ਇਸ ਗੱਲ ਦੇ ਵਿੱਚ ਗੱਲ ਦੱਸਦੀ ਹੈਗੀ ਆ ਸਾਡੇ ਡੈਡੀ ਮਿਸ ਵਬੀਪ ਚੰਗੀ ਜੀ ਉਹਨਾਂ ਦਾ ਸ਼ੋਅ ਸੀਗਾ ਮੇਰੇ ਡੈਡੀ ਦਾ ਜਿਸ ਤਰ੍ਹਾਂ ਸਾਡੀ ਦਾਦੀ ਮੁੱਕਦੀ ਹੈਗੀ ਅੱਜ ਤੇ ਸ਼ਾਮ ਨੂੰ ਮੇਰੇ ਡੈਡੀ ਦਾ ਸ਼ੋਅ ਸੀਗਾ ਮੇਰੇ ਡੈਡੀ ਜਿੱਦਾਂ ਕੀ ਕਹਾਂ ਕਿ ਅਸੀਂ ਗੱਲ ਕਰ ਲੈਂਦੇ ਆ ਕਿ ਆਪਾਂ ਪਰ ਜਿਸ ਦੇ ਨਾਲ ਬੀਤੇ ਕਿਉਂਕਿ ਉਸ ਵਕਤ ਅਸੀਂ ਨਾਲ ਨਹੀਂ ਸੀਗੇ ਪਰ ਜਦੋਂ ਵੀ ਅਸੀਂ ਸਟੋਰੀ ਸੁਣਦੇ ਹੈਗੇ ਤੇ ਦਿਲ ਨੂੰ ਲੱਗਦਾ ਹੈ ਕਿ ਦੱਸੋ ਜਿਹੜੇ ਸਿੰਗਰਾਂ ਦੀ ਲਾਈਫ ਜਿਆਦਾ ਟਫ ਹੈਗੀ ਮੈਂ ਕਹਾਂਗੀ ਬਹੁਤ ਬਹੁਤ ਤੁਹਾਡੇ ਘਰ ਦਾ ਇਦਾਂ ਹੋਇਆ ਹੈ ਯੂ ਹੈਵ ਟੂ ਤੁਹਾਡੀ ਜ਼ਿੰਮੇਵਾਰੀ ਉਹਨਾਂ ਨੂੰ ਤਾਂ ਦੇਖਣਾ ਹੈਗਾ ਅ ਜਿੱਦਾਂ ਸਾਡੇ ਚਾਚਾ ਜੀ ਐਕਸਪਾਇਰ ਹੋਏ ਸੀਗੇ ਸੰਤੋ ਰੋਣ ਦਾ ਟਾਈਮ ਹੀ ਨਹੀਂ ਮਿਲਿਆ ਉਹਨਾਂ ਦੇ 2 ਮਿੰਟ ਬਹਿਣ ਦਾ ਵੀ ਉਹਨਾਂ ਕੋਲੇ ਟਾਈਮ ਮਿਲਿਆ ਤਾਂ ਬਹੁਤ ਪਿਆਰੇ ਸੀ ਸਾਡੇ ਚਾਚਾ ਜੀਓ ਬੜੇ ਬਧੀਏ ਤੇ ਇਹ ਕਹਿੰਦੇ ਇਸ ਤਰ੍ਹਾਂ ਦਾ ਹੁੰਦਾ ਕਿ ਚਾਚਾ ਪਤੀ ਜੀ ਦਾ ਇੱਕ ਇੱਕ ਫਰੈਂਡ ਦੇ ਤੌਰ ਤੇ ਹਾਂ ਜੀ ਤੇ ਰਿੰਦੇ ਵੀ ਇਦਾਂ ਹੀ ਸੀ ਜੀ ਪਹਿਲਾਂ ਉਹਨਾਂ ਦੇ بیٹے ਦੀ ਡੱਥ ਹੋਈ ਤੇ ਉਹਨਾਂ ਦੀ ਟੈਨਸ਼ਨ ਸੀ ਉਹਨਾਂ ਦੀ ਡੱਥ ਹੋ ਗਈ ਬਸ ਇਦਾਂ ਹੀ ਚੱਲਦਾ ਹੈ ਤੇ ਤੁਹਾਡੇ ਡੈਡੀ ਜੀ ਵੀ ਗੁੰਦੇ ਹੈਗੇ ਅੱਜ ਮੈਂ ਪਤਾ ਕੀ ਸੋਚ ਰਹੀ ਸੀ ਮੈਂ ਕਿ ਤੁਹਾਡੇ ਡੈਡੀ ਜੀ ਦੇ ਵੀ ਦਰਸ਼ਨ ਕਰੂੰਗੀ ਪਰ ਤੁਹਾਡੀ ਛੋਟੀ ਸਿਸਤੇ ਆ ਰਹੇ ਉਹ ਇੱਕ ਤਰੀਕ ਆ ਰਹੇ ਹਾਂ ਹਾਂ ਜੀ ਤੇ ਕੋਈ ਨਾ ਉਹਨਾਂ ਨੂੰ ਜੇ ਪ੍ਰਮਾਤਮਾ ਚਾਹੇ ਨੈਕਸਟ ਵੀਕ ਜੁੜ ਮਿਲਾਂਗੇ ਕਿਉਂਕਿ ਮੇਰੀ ਜੀ ਲੋ ਖੁਸ਼ ਬਹੁਤ ਹੈਗੀ ਆ ਕਿ ਜਿਨ੍ਹਾਂ ਨੇ ਆਪਣੀ ਬੱਚੀਆਂ ਨੂੰ ਇਸ ਪਾਸੇ ਲੈ ਕੇ ਆਂਦਾ ਹੈਗਾ ਤੇ ਉਹਨਾਂ ਨੂੰ ਪ੍ਰਾਊਡ ਹੈਗਾ ਸਾਨੂੰ ਸਲੂਟ ਹੈਗਾ ਕਿ ਜੇ ਇਸ ਵਕਤ ਅਸੀਂ ਪੰਜਾਬ ਦੀ ਗੱਲ ਕਰਦੇ ਆਂਗੇ ਜਿਸ ਤਰ੍ਹਾਂ ਆਪਣੀ ਗੱਲ ਵਿੱਚ ਰਹੀ ਸੀ ਕਿ ਉਹ ਤੋਂ ਕੁੜੀਆਂ ਨੂੰ ਜ਼ਿਆਦਾ ਨਹੀਂ ਸੀਗਾ ਅਲਾਉਡ ਬਾਹਰ ਜਾਣਾ ਗਾਉਣਾ ਕਿਉਂਕਿ ਜਿਸ ਤਰ੍ਹਾਂ ਸੀ ਸਿੰਦਕੋ ਪ੍ਰਕਾਸ਼ ਕੋਟੀ ਦਾ ਗਾਣਾ ਸੁਣਿਆ ਗਿਆ ਇਹ ਸਾਡੇ ਫਾਦਰ ਸਾਹਿਬ ਦਾ ਜੀ ਸੁਪਨਾ ਸੀ ਬਾਕੀ ਤੁਹਾਨੂੰ ਪਤਾ ਮਾਪਿਓ ਤਾਂ ਬੱਚੇ ਜੋ ਦੇਖਣ ਮਾਲਕ ਜੀ ਮੇਰ ਨਾਲ ਉਹ ਚੰਗਾ ਹੀ ਦੇਖਦੇ ਆ ਜੀ ਤੇ ਬਾਕੀ ਸ਼ੁਰੂ ਤੋਂ ਸੇਵਾ ਕਰਦੇ ਆਏ ਮਾਲਕਾਂ ਦੇ ਪਹਿਲਾਂ ਹੀ ਦੱਸ ਦਿੰਦੇ ਸੀ ਉਹਨਾਂ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਬੜੀ ਮੇਰ ਸੀ ਮਾਲਕਾਂ ਦੀ ਤੇ ਉਹਨਾਂ ਨੇ ਫਿਰ ਇੱਕੋ ਹੀ ਗੱਲ ਕੀਤੀ ਕਿ ਮੇਰੇ ਮੰਮੀ ਔਰ ਮੇਰੇ ਨਾਨੀ ਜੀ ਉਹ ਵੀ ਲੇਡੀਜ਼ ਸੀ ਉਹ ਵੀ ਗਾਉਂਦੇ ਸੀ ਇਹ ਕਿੰਨੀ ਗੱਲ ਸਕਦੀਆਂ ਤੇ ਤੁਹਾਨੂੰ ਕਦੀ ਇਹਦਾ ਕੋਈ ਕਠਿਨਾਈ ਦਾ ਨਹੀਂ ਸਾਹਮਣਾ ਕਰਨਾ ਪਿਆ ਕੀ ਤੁਸੀਂ ਕੁੜੀਆਂ ਹੈਗੀਆਂ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਅੱਜ ਪਤਾ ਕੀ ਆ ਮੇਰੀ ਜਿਹੜੀ ਪੰਜਾਬੀ ਦੇ ਵਰਡ ਵੀ ਮੁਸ਼ਕਲਾਂ ਤਾਂ ਬਹੁਤ ਆਈਆਂ ਕਾਫੀ ਐਨ ਸੋਲਿਡ ਆ ਰਿਹਾ ਹੈ ਕਿ ਅੱਜ ਤੁਹਾਨੂੰ ਦੇਖ ਕੇ ਕਿ ਕੀ ਗੱਲਾਂ ਸੁਣੀਆਂ ਵੀ ਲੋਕਾਂ ਦੀਆਂ ਬਥੇਰੀਆਂ ਜੀ ਤੇ ਨਹੀਂ ਲੋਕੀ ਕਹਿੰਦੇ ਹੁੰਦੇ ਅਸੀਂ ਸਾਡੇ ਆਹ ਮੁਸ਼ਕਲਾਂ ਵੀ ਬੜੀਆਂ ਚੋਰੀ ਪੁੱਤ ਨਾ ਗਾਓ ਇਹ ਕੰਮ ਬਹੁਤ ਔਖਾ ਅਸੀਂ ਸੁਣਦੇ ਨਹੀਂ ਹੁੰਦੇ ਕਿਸੇ ਪਾਪਾ ਮੈਂ ਨਨੂ ਕੁਛ ਬਣਾਉਣਾ ਹੈ ਨਾ ਓਕੇ ਅੱਜ ਕੋਈ ਕਹਿ ਇਹ ਕਹਿਣ ਵਾਲਿਆਂ ਦਾ ਕਹਿੰਦੇ ਮੂੰਹ ਮੂੰਹ ਬੰਦ ਕਰਨਾ ਮੈਂ ਪਾਪਾ ਦੱਸ ਨਾਈਸ ਇਹ ਫਿਰ ਵੀ ਹੈਗਾ ਕਿ ਤੁਹਾਡੇ ਡੈਡੀ ਨੇ ਤੁਹਾਡੇ ਵਿੱਚ ਕੋਈ ਹੁਨਰ ਦੇਖਿਆ ਕਿ ਉਹਨਾਂ ਨੇ ਤੁਹਾਡੇ ਵਿੱਚ ਇਹ ਚਾ ਚੰਦ ਉਹਨਾਂ ਦੇ ਲੱਗੇ ਹੋਇਆ ਸੀ ਗਹਿਰਾਜ ਦੇਖੀ ਸੂਫੀਆਂ ਨਾਲ ਦੇਖਿਆ ਕਿ ਯੈਸ ਖੁਦ ਬੜੇ ਮਸ਼ਹੂਰ ਸਿੰਗਰ ਹੈ ਜੀ ਉਹਨਾਂ ਨੇ ਫਿਲਮਾਂ 'ਚ ਵੀ ਗਾਇਆ ਉਦਾਂ ਵੀ 3-4 ਘੰਟੇ ਇਕੱਲੇ ਕੁਆਲੀ ਕਰਦੇ ਸੀਗੇ ਪਾਪਾ ਮੇਰੇ ਤੇ ਚਾਚੂ ਤਪਲੇ ਤੇ ਹੁੰਦੇ ਸੀ ਨਾਲ ਉਹ ਬੜੇ ਯਾਨੀ ਸਟਿਕਸ ਆਵ ਨਾਲ ਬਹੁਤ ਜ਼ਿਆਦਾ ਸਟਿਕਸ ਆਵ ਉਹਨਾਂ ਦਾ ਤੇ ਪਾਣੀ ਤੱਕ ਨਹੀਂ ਪੀਣ ਦਿੰਦਾ ਸਾਨੂੰ ਜਿੰਨਾ ਸਿਰ ਪੂਰਾ ਮਾਲ ਮਹਾਰਾਜ ਦੀ ਮਿਹਰ ਨਹੀਂ ਨਾ ਹੋਈ ਉਹ ਕਹਿੰਦੇ ਵੀ ਐਦਾਂ ਹੀ ਮੈਂ ਸਿਖਾਉਣਾ ਹੈ ਜੇ ਤਾ ਪੁੱਤ ਸਿੱਖਣਾ ਹੈ ਤੇ ਬੈਠੋ ਜੇ ਤਾ ਥੋੜੀ ਮਰਜ਼ੀ ਤੇ ਫੇਰ ਕਟ ਗੁੱਟ ਵੀ ਕਾਫੀ ਇੱਛਾ ਤੁਸੀਂ ਕਿਹਾ ਪਈ ਹੈਗੀ ਆ ਬਿਲਕੁਲ ਸਿੱਧੇ ਤਰੀਕੇ ਨਾਲ ਸਿਖਾਉਂਦੇ ਸੀ ਮੰਮੀ ਆ ਜਾਂਦੇ ਸੀ ਤੁਹਾਨੂੰ ਪਤਾ ਮਮਾ ਤਾਂ ਦਿਲ ਕਿੱਦਾਂ ਦਾ ਹੁੰਦਾ ਮਾਵਾਂ ਦਾ ਕਹਿਣਾ ਬੱਚਿਆਂ ਤੇ ਸੱਟ ਲੱਗ ਜਾਓ ਤੁਸੀਂ ਮਾਰਦੇ ਆ ਕੁੱਟਦੇ ਆ ਮੰਮੀ ਨੇ ਕਬਰ ਆ ਜਾਣਾ ਮੰਮੀ ਨੂੰ ਵੀ ਬਾਹਰ ਭੇਜ ਦੇਣਾ ਤੇ ਮਾਂ ਦਾ ਦਿਲ ਕਹਿੰਦੇ ਨੇ ਕੀ ਮੰਮੀ ਨੂੰ ਬਾਹਰ ਭੇਜ ਦੇਣਾ ਤੁਸੀਂ ਆਪਣਾ ਕੰਮ ਕਰੋ ਕੁੰਡੀ ਲਾ ਦੇਣੀ ਅੰਦਰੋਂ ਜਿਹੜੀ ਲਾਈਨ ਗਲਤ ਹੋ ਗਈ ਰਿਮੋਟ ਮੋਬਾਈਲ ਹਰਮੋਨੀਅਮ ਦੀ ਫੱਟੀ ਉਹ ਵੀ ਮਾਰ ਦੇ ਚਲੋ ਜਿਹੜੀ ਤੁਹਾਡੇ ਪੱਟੀਆਂ ਲੱਗੀਆਂ ਹੈਗੀਆਂ ਉਸ ਦੇ ਤੇ ਬਿਲਕੁਲ ਉਸ ਕੋਟ ਨੇ ਜੀ ਅੱਜ ਤੁਹਾਡੇ ਕੋਲ ਬਾਇਆ ਜੀ ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਨੇ ਵਾਪਸ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸੀ ਫੇਰ ਵਾਪਸ ਆਉਨੇ ਆ ਗਏ ਤੇ ਇਸ ਤਰ੍ਹਾਂ ਅਸੀਂ ਗੱਲਬਾਤਾਂ ਕਰਾਂਗੇ ਸਾਡੀ ਨੂਰਲ ਸਿਸਟਰ ਜਿਹੜੀਆਂ ਇਹ ਪ੍ਰੋਗਰਾਮ ਆਪਣਾ ਲਾਈਵ ਕਾਨਸਰਟ ਕਰਨ ਆਈਆਂ ਗੀਆਂ ਔਰ ਦੇ ਨਾਲ ਨਾਲ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਪਹਿਲਾਂ ਦੱਸ ਦਵਾਂ ਪਲੀ ਸੰਡੇ 2 ਸੈਪਟੈਂਬਰ ਹੈਗਾ ਜੀ ਲੰਡਨ ਦੇ ਵਿੱਚ ਤੇ ਸੈਚਡੇ 9th ਆਫ ਸੈਪਟੈਂਬਰ ਬੇ ਕਮ ਸੰਡੇ 10 ਸਪਟੈਂਬਰ ਨੂੰ ਲੀਡਸ ਐਂਡ 11 ਨੂੰ ਹੈਗਾ ਕਿ ਗਲਾਸਕੋ ਦੇ ਵਿੱਚ ਟਿਕਟਾਂ ਤੁਸੀਂ ਛੇਤੀ ਛੇਤੀ ਖਰੀਦੋ ਤੇ ਮਿਲਦੇ ਹੈਗੇ ਜੇ ਸਿੱਕੇ ਛੋਟੇ ਬ੍ਰੇਕ ਤੋਂ ਬਾਅਦ ਇੱਕ ਵੇਰ ਵਾਪਸ ਆ ਚੁੱਕੇ ਹੈਗੇ ਤੇ ਵਾਪਸ ਲੈ ਕੇ ਆਏ ਹੈਗੇ ਆ ਉਹ ਦੋ ਤਾਰੇ ਜਿਹੜੇ ਇੰਨੇ ਇਸ ਵਕਤ ਮੇਰੇ ਸਟੂਡੀਓ ਦੇ ਵਿੱਚ ਖੜੇ ਖੜਾ ਕੇ ਹਸਟੈਗ ਦੇ ਨਾਲ ਨਾਲ ਜੋਕਾਂ ਵੀ ਬੜੀਆਂ ਛੱਡਦੇ ਹੈਗੇ ਤੇ ਮੈਂ ਸੋਚਿਆ ਜਿਹੜੀਆਂ ਉਹਨਾਂ ਨੰਨੀਆਂ ਪਰੀਆਂ ਮੈਂ ਖਾਵਾਂਗੀ ਕਿਉਂਕਿ ਮੈਨੂੰ ਲੱਗਦੀਆਂ ਇਸ ਵਕਤ ਇਸ ਤਰ੍ਹਾਂ ਹੈਗੇ ਕਿ ਜਿਸ ਤਰ੍ਹਾਂ ਆਸਮਾਨ ਤੋਂ ਪਰੀਆਂ ਥੱਲੇ ਉੱਤਰ ਕੇ ਆ ਗਈ ਆਂ ਔਰ ਇਹ ਜੀ ਸਾਡੀ ਨੋਰਨ ਸਿਸਟ ਤੇ ਇੱਕ ਰਫੇ ਤੁਹਾਡਾ ਸਵਾਗਤ ਹੈਗਾ ਜੀ ਸਾਡੇ ਪ੍ਰੋਗਰਾਮ ਜੀ ਬਰ ਬਰ ਕਰੋ ਜੀ ਆਪਣੇ ਵਿਚਾਰ ਦੇ ਵਿੱਚ ਮੈਨੂੰ ਪਹਿਲਾਂ ਤੁਸੀਂ ਇਹ ਦੱਸੋ ਜਿਹੜੇ ਸਾਡੀ ਦੋਨਾਂ ਦੀ ਇੰਨੀ ਅੰਡਰਸਟੈਂਡਿੰਗ ਹੈਗੀ ਆ ਉਸ ਪ੍ਰਮਾਤਮਾ ਵੱਲੋਂ ਤੁਸੀਂ ਕਾਫੀ ਜੋਕ ਵੀ ਕਾਦੀਆਂ ਬੜੀ ਯੂ ਖਟਕਾਨੀਆਂ ਇਹ ਨਹੀਂ ਨਹੀਂ ਹੋਣੀ ਚਾਹੀਦੀ ਕਹਿੰਦੇ ਨੇ ਕਿ ਹੱਸਣਾ ਖੇਡਣਾ ਮਨ ਦਾ ਚਾ ਸੋ ਕਹਦ ਨੇ ਕਿ ਹਮੇਸ਼ਾ ਹੱਸਦੇ ਖੇਡਦੇ ਰਹੋ ਮੁਸਕਰਾਉਣਾ ਇਹ ਹੈ ਜੀ ਇਦਾਂ ਦੇ ਵੈਸੇ ਛੋਟੇ ਤੁਹਾਨੂੰ ਪਤਾ ਜਿਆਦਾ ਤੇਜ ਹੁੰਦੇ ਛੋਟੇ ਜਿਆਦਾ ਵੱਡੇ ਚਰ ਸਹਿ ਜਾਂਦੇ ਜੇ ਮਾਰ ਵੀ ਦੇਣ ਤਾਂ ਹਾਂ ਕਿਉਂ ਵੱਡੇ ਦੇ ਹੱਥ ਵੱਡੇ ਹੁੰਦੇ ਨਹੀਂ ਫਿਰ ਅਸੀਂ ਸਾਨੂੰ ਸਹਿਣਾ ਪੈਂਦਾ ਮੁੜ ਕੇ ਮੈਂ ਕੁਝ ਕਹਾਂ ਤਾਂ ਫੇ ਲੜਾਈ ਪੈ ਜਾਣੀ ਹਾਂ ਤੇ ਤੁਸੀਂ ਹਣ ਤੁਹਾਡੀ ਨਾਨੀ ਜੀ ਪੜ ਨਾਨੀ ਜੀ ਵੱਲ ਚੱਲਦੇ ਆਗੇ ਬੀਬੀ ਬਿਬਾ ਨੂਰਨਜੀਵਲ ਜਿਹੜਾ ਉਹਨੇ ਇੱਕ ਤੁੰਬਾ ਘਾਇਆ ਸੀਗਾ ਜੀ ਇਹ ਆਈ ਥਿੰਕ ਆਮ ਰਾਈਟ ਠੀਕ ਹੈ ਮੈਂ ਹਾਂ ਤੇ ਉਹੀ ਉਹਨਾਂ ਨੂੰ ਹਨ ਤੇ ਉਹੀ ਤੁੰਬਾ ਤੁਸੀਂ ਗਾਇਆ ਹੈਗਾ ਤੇ ਤੁਸੀਂ ਉਸ ਨੂੰ ਸੇਮ ਹੀ ਇੱਕ ਕੀ ਜਿਹੜਾ ਤੁਹਾਡੀ ਨਾਨੀ ਜੀ ਨੇ ਤੁੰਬਾ ਗਾਇਓ ਅੱਜ ਤੱਕ ਲੱਗਦਾ ਹੈਗਾ ਕਿ ਨਮਾ ਨਕੋ ਰਹੀ ਹੈਗਾ ਤੇ ਉਸੇ ਤੁੰਬੇ ਨੂੰ ਤੁਸੀਂ ਗਾਇਆ ਤੁਹਾਨੂੰ ਕੀ ਉਸ ਦੇ ਵਿੱਚ ਫਰਕ ਲੱਗਾ ਕਿ ਜਿਹੜਾ ਤੁਹਾਡੀ ਪਡਣਾਨੀ ਜੀ ਨੇ ਤੁੰਬਾ ਗਾਇਆ ਸੀ ਤੇ ਨੂਰਲ ਸਿਸਟਰ ਜੀ ਨੇ ਉਹ ਹੋਰ ਸੀਗਾ ਉਹ ਸਿਗਾ ਤਾਰ ਬਿਨਾ ਤੁੰਬਾ ਤੁੰਬਾ ਬਚਦਾ ਹੀ ਨਾ ਤੇ ਤੁਸੀਂ ਵੀ ਉਹ ਜਿਹੜਾ ਤੁਹਾਡਾ ਮੇਨ ਗਾਣਾ ਤੁਸੀਂ ਗਾਉਂਦੇ ਆਂ ਇਹੀ ਤੁਸੀਂ ਗਾਉਂਦੇ ਆਂਗੇ ਤੂੰਬਾ ਤੇ ਉਸ ਦੇ ਵਿੱਚ ਤੁਸੀਂ ਥੋੜਾ ਜਿਹਾ ਡਿਫਰੈਂਟ ਟੱਚ ਲੈ ਕੇ ਆਏ ਹੈਗੇਂ ਤੇ ਉਸ ਨੂੰ ਪਲੀਜ਼ ਗਾਓ ਕਿਉਂਕਿ ਜਦ ਤੁਸੀਂ ਤੂੰਬਾ ਪਹਿਲਾਂ ਤਾਂ ਤੁਸੀਂ ਆਪਣੀ ਬਣਾਨੀ ਜੀ ਦਾ ਸਾਨੂੰ ਤੂੰਬਾ गा ਕੇ ਸੁਣਾਓ ਫਿਰ ਤੁਸੀਂ ਤੁਹਾਡਾ ਤੂੰਬਾ ਗਾ ਕੇ ਪਲੀਜ਼ ਉਹ ਕਰਦਾ ਬਣਾਇਆ ਹੋਇਆ ਕਰਦਾ ਕਰ ਤੁਸੀਂ ਕਰਦੋ ਸਾਕ ਦਿਖਾਓ ਦਰਰਰ ਤਾਰ ਬਿਨਾ ਤੂੰ ਬਾਵਜਦਾਨ ਤਾਰ ਬਿਨਾ ਤੂੰ ਬਾਵਜਦਾਨ ਤਾਰ ਬਿਨਾ ਤੂੰ ਬਾਵਜਦਾਨ ਤਾਰ ਬਿਨਾ ਤੂੰ ਬਾਵਜਦਾਨ ਹੋ ਰਹੀਂਦੀ ਨਾ ਦਿਲਦਾਰ ਬਿਨਾ ਸੋਹਣੇ ਯਾਰ ਬਿਨਾ ਤੂੰ ਬਾਵਜਦਾਨ ਤਾਰ ਬਿਨਾ ਤੂੰ ਬਾਵਜਦਾਨ ਤਾਰ ਬਿਨਾ ਤੂੰ ਬਾਵਜਦਾਨ ਵਾਹ ਤੇ ਜਿਹੜਾ ਨਿਊਰਨ ਸਿਸਟਰ ਦਾ ਤੁੰਬਾ ਪਲੀਜ਼ ਦਰ ਇਹ ਸਾਡੇ ਜੀ ਤਰਨ ਤਰਨ ਤੋਂ ਮੀਆਂ ਬਖਤਾਵਰ ਜੀ ਜਿਨ੍ਹਾਂ ਦਾ ਲਿਖਿਆ ਹੋਇਆ ਮੇਰਾ ਤੁੰਬਾ ਨਵਾ ਨਕੋਰ ਕੁੜੇ ਹੋ ਮੇਰਾ ਤੁੰਬਾ ਨਵਾ ਨਕੋ ਅਰ ਕੁੜੇ ਹੋ ਮੇਰਾ ਤੁੰਬਾ ਨਵਾ ਨਕੋਰ ਕੁੜੇ ਹੋ ਮੇਰਾ ਤੁੰਬਾ ਨਵਾ ਨਕੋ ਅਰ ਕੁੜੇ ਹੋ ਤੁਣਕ ਤੁਣਕ ਮੇਰੇ ਅੰਦਰ ਹੋਈ ਟੁੜਕ ਟੁੜਕ ਮੇਰੇ ਅੰਦਰ ਹੋਈ ਜਗ ਵਿੱਚ ਪੈ ਗਿਆ ਸ਼ੋਰ ਕੁੜੇ ਮੇਰਾ ਤੁੰਬਾ ਨਵਾ ਨਕੋਰ ਕੁੜੇ ਉਹ ਮੇਰਾ ਤੁੰਬਾ ਨਵਾ ਨਕੋਰ ਕੁੜੇ ਹਾ ਮੇਰਾ ਤੁੰਬਾ ਨਵਾ ਨਕੋਰ ਕੁੜੇ ਉਹ ਮੇਰਾ ਤੁੰਬਾ ਨਵਾ ਨਕੋਰ ਕੁੜੇ ਵਾਹ ਬੱਤੀ ਬਣਾਇ ਸੀ ਤੇ ਤੁਸੀਂ ਕਿਹੜੇ ਰਾਗ ਦੇ ਵਿੱਚ ਤੁਸੀਂ ਗਾਉਂਦੇ ਕਿ ਜੇ ਮੈਂ ਕਹਾਂ ਕਿ ਮੈਨੂੰ ਰਾਗਾਂ ਦੀ ਨੌਲੇਜ ਨਹੀਂ ਹੈਗੀ ਪਰ ਜੋ ਤੁਸੀਂ ਗਾਉਂਦੇ ਹੈਗੇ ਤੁਸੀਂ ਕਿਹੜੇ ਰਾਗ ਦੇ ਵਿੱਚ ਹੈ ਜਿਆਦਾ ਗਾਉਣਾ ਪਸੰਦ ਕਰਦੇ ਹੈਗੇ ਮੈਂ ਇਹ ਜਿਹੜਾ ਹੁਣ ਗਾਇਆ ਸੀ ਇਹ ਮੇਗ ਰਾਗ ਸੀਗਾ ਤੇ ਬਸ ਜਿਆਦਾ ਤਾਂ ਸਾਰੇ ਚੰਗੇ ਲੱਗਦੇ ਆ ਮੇਗ ਰਾਗ ਹੋ ਗਿਆ ਫਿਰ ਪੈਰਵੀ ਰਾਗ ਹੋ ਗਿਆ ਪੈਰਵ ਰਾਗ ਹੋ ਗਿਆ ਦਰਬਾਰੀ ਰਾਗ ਹੋ ਗਿਆ ਪੀਲੂ ਰਾਗ ਹੋ ਗਿਆ ਫਿਰ ਪਹਾੜੀ ਬਹੁਤ ਰਾਗ ਹੈ ਬਹੁਤ ਰਾਗ ਹੈਗੇ ਹਾਂਜੀ ਪਰ ਤੁਸੀਂ ਕਿਹਨੂੰ ਜ਼ਿਆਦਾ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਮੈਨੂੰ ਜ਼ਿਆਦਾ ਲੱਗਦਾ ਰਾਗ ਬੇਰਾਗੀ 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 ਰਾਗ ਜਿੱਦਾਂ ਦਰ ਦਰ ਦ ਨਾ ਤੇ ਤੁਸੀਂ ਤੁਹਾਨੂੰ ਜਿਹੜਾ ਤੁਹਾਡੇ ਹਾਂ ਗਾਇਆ ਸੀ ਮੇਗ ਰਾਗ ਮੈਨੂੰ ਬਹੁਤ ਪਸੰਦ ਹੈ ਜੀ ਓਕੇ ਕਿਉਂਕਿ ਇਹ ਮੀਂਹ ਦਾ ਰਾਗ ਹੈ ਬਹੁਤ ਸੋਹਣਾ ਰਾਗ ਹੈ ਜੀ ਤੇ ਤੁਸੀਂ ਮੇਰਾ ਖਿਆਲ ਮੀਂਹ ਪਸੰਦ ਕਰਦੀ ਹਾਂ ਹਾਂਜੀ ਬਹੁਤ ਮੈਨੂੰ ਚੰਗਾ ਲੱਗਦਾ ਮੀਂਹ ਨਾਣਾ ਬਹੁਤ ਚੰਗਾ ਲੱਗਦਾ ਹੈ ਖੇਡਦੇ ਆ ਹਾਂਜੀ ਖੇਡਣਾ ਵਾਓ ਤੇ ਤੁਸੀਂ ਜਿਹੜੇ ਆਪਣੇ ਸੂਫੀ ਫਕੀਰ ਹੋਇਆ ਗਿਆ ਬੁੱਲੇ ਸ਼ਾਹ ਹੋ ਗਏ ਸੁਲਤਾਨ ਬਾਉ ਜੀ ਹੋ ਗਏ ਹਾਂਜੀ ਵਾਰਿਸ ਸ਼ਾਹ ਜੀ ਹੋ ਗਏ ਉਹ ਵਾਰਿਸ ਸ਼ਾਹ ਕਾਫੀ ਹੈਗੇ ਜਿਹੜੇ ਤੁਹਾਨੂੰ ਪਤਾ ਹੈਗਾ ਆ ਤੁਸੀਂ ਉਹਨਾਂ ਦੇ ਵਿੱਚੋਂ ਕਿਸ ਨੂੰ ਜ਼ਿਆਦਾ ਤੁਹਾਨੂੰ ਹੈਗਾ ਕਿ ਤੁਸੀਂ ਉਹ ਉਹਨਾਂ ਦੇ ਜਿਹੜੇ ਕਲਾਮ ਹੈਗੇ ਗਾਣਾ ਪਸੰਦ ਕਰਦੇ ਹੈਗੇ ਬਸੇ ਬੇਸਿਕਲੀ ਤਾਂ ਸਾਰੇ ਹੀ ਬੁੱਲੇ ਸ਼ਾਹ ਜੀ ਹੋ ਗਏ ਵਾਰਿਸ ਸ਼ਾਹ ਜੀ ਹੋ ਗਏ ਫਿਰ ਸ਼ਾਹ ਹੁਸੈਨ ਜੀ ਹੋਗੇ ਹਸ਼ਮਤ ਸ਼ਾਹ ਜੀ ਹੋਗੇ ਸਾਰੇ ਸਾਰਿਆਂ ਨੂੰ ਪਸੰਦ ਕਰਦੇ ਆਗੇ ਤੇ ਤੁਸੀਂ ਕੀ ਨੇ ਤੁਸੀਂ ਵੀ ਸੇਮੀ ਸੇਮੀ ਤੁਹਾਡੀ ਪਸੰਦ ਹੈਗੀ ਹਾਂ ਜੀ ਬਿਲਕੁਲ ਜੀ ਇਹ ਤਾਂ ਹੈਡ ਲੋਕ ਨੇ ਜੀ ਤੇ ਫਿਰ ਉਹਨੂੰ ਆਪਾਂ ਕੱਟ ਤਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਜੀ ਇਹ ਰੱਬ ਲੋਕ ਹੈ ਤਾਂ ਤੇ ਬਾਕੀ ਗਾਇਕੀ ਚੋਂ ਜਿਹੜਾ ਤੁਸੀਂ ਪਹਿਲਾਂ ਸਵਾਲ ਪੁੱਛਣਾ ਸੀ ਤੁਹਾਨੂੰ ਆਪ ਹੀ ਦੱਸ ਦਿੰਨੇ ਆ ਜਿਹੜੇ ਸਿੰਗਰ ਪਸੰਦ ਹੈ ਮੇਰੇ ਫਾਦਰ ਸਾਹਿਬ ਮੇਰੇ ਦਾਦੀ ਜੀ ਪਰਨਾਨੀ ਜੀ ਦਾਦਾ ਜੀ ਤੇ ਬਾਕੀ ਮੇਰੇ ਪਾਪਾ ਬਹੁਤ ਅੱਛਾ ਗਾਉਂਦੇ ਸੀ ਮੇਰੇ ਪਾਪਾ ਕਿਸ਼ੋਰ ਜੀ ਨੂੰ ਉਸਤਾਦ ਮੰਨਦੇ ਜੀ ਆਪਣਾ ਸਪੈਸ਼ਲ ਜਾ ਕੇ ਬੰਬੇ ਉਹਨਾਂ ਦੇ ਘਰ ਨੂੰ ਮੱਥਾ ਟੇਕ ਕੇ ਆਏ ਸੀਗੇ ਮੇਰੇ ਪਾਪਾ ਉਹਨਾਂ ਨੂੰ ਉਸਤਾਦ ਮੰਨਦੇ ਜੀ ਸੋ ਉਹ ਉਹਨਾਂ ਦੇ ਆਈਡਲ ਲਾ ਗਿਆ ਬਾਕੀ ਨੂੰ ਸਰ ਸਾਹਿਬ ਜੀ ਕਿਸ਼ੋਰ ਜੀ ਹਸ਼ਮਤ ਜੀ ਅਸੀਂ ਇਹਨਾਂ ਨੂੰ ਕੀ ਤੁਸੀਂ ਨਾਮ ਲੈ ਆ ਮਿਰਸਰ ਫਤਿਹ ਅਲੀ ਖਾਨ ਜੀ ਜਿਨ੍ਹਾਂ ਦੇ ਗਾਣਿਆਂ ਨੂੰ ਸੁਣ ਕੇ ਇੱਕ ਬੱਕਰਾ ਅੰਦਾਜ਼ ਹੈਗਾ ਹਾਂਜੀ ਤੁਸੀਂ ਪਲੀਜ਼ ਦੋ ਕੋਲਾਈਨ ਸਾਡੇ ਨੁਸਖ ਫਤੀ ਅਲੀ ਖਾਨ ਦੀਆਂ ਕੋਈ ਵੀ ਵਗਣ ਪਲੀਜ਼ ਜਾਣ ਖੁਦਾ ਮਰਮਾਤੇ ਤੇਰੇ ਸਿਵਾ ਕੌਣ ਮੇਰਾ ਕਦੀ ਨਾ ਹੋ ਰੋੜੀ ਨਾ ਸਾਥ ਮੇਰਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਟੰਗ 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 ਡੰਡਨ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਸਾਨੂੰ ਐਕਚੁਅਲ ਪਤਾ ਕੀ ਤੁਸੀਂ ਮੈਂ ਕਾਜ ਦਾ ਪ੍ਰੋਗਰਾਮ ਦੇਖ ਰਹੀ ਸੀ ਤੁਹਾਡੇ ਤੁਹਾਡੇ ਮੇਰੇ ਮਾਮਾ ਕਹਿੰਦੀ ਸੀ ਕਿ ਇਹ ਸਾਹ ਵੀ ਇਕੱਠੀਆਂ ਲੈਂਦੀਆਂ ਹੈਗੀਆਂ ਜੀ ਬਿਲਕੁਲ ਦੋ ਹੀ ਪੈਣਾ ਜੋ ਤੁਸੀਂ ਗੋਂਦੇ ਹੈਗੀਆਂ ਮੇਰੇ ਮੰਮੀ ਨੂੰ ਮੈਂ ਦਿਖਾ ਰਹੀ ਸੀ ਤੇ ਮੇਰੇ ਮੰਮੀ ਕਹਿੰਦੇ ਇਹਨਾਂ ਦੇ ਇਸ ਜਗ੍ਹਾ ਦੇਖੋ ਉਹਨਾਂ ਦੇ ਜਿਹੜੇ ਸਾਹ ਆ ਰਹੇ ਦੋਨਾਂ ਦੇ ਇੱਕੋ ਹੀ ਇੱਕੋ ਹੀ ਥਾਂ 'ਤੇ ਹੈਗਾ ਇਸ ਨੂੰ ਤੁਸੀਂ ਜਿਹੜੀ ਐਚਟੀਜ਼ ਨੂੰ ਕਿਸ ਤਰ੍ਹਾਂ ਇੱਕ ਦੂਜੇ ਨਾਲ ਕੰਟਰੋਲ ਕਰਦੇ ਹੋ ਹਾਂਜੀ ਇਹ ਤਾਂ ਸਾਨੂੰ ਇੱਕ ਦਿਨ ਬਹਿ ਕੇ ਕਿਤੇ ਮੰਮੀ ਨਾਲ ਗੱਲਬਾਤ ਹੁੰਦੀ ਸੀ ਕਰੇ ਇਹ ਇਹ ਤਾਂ ਕਰ ਸੀ ਗਿਆ ਫਲੋਰ ਤੇ ਮੈਂ ਮਿਲਣ ਗਈ ਸੀ ਦੋ-ਤਿੰਨ ਅਸੀਂ ਰਹੇ ਹਾਂ ਤੇ ਐਦਾਂ ਹੀ ਬੈਠੇ ਮੈਂ ਜਿੱਦਾਂ ਆਪਾਂ ਬੈਠੇ ਤੇ ਗੱਲ ਹੋ ਰਹੀ ਮਮੀ ਕਹਿੰਦੇ ਵੀ ਤੁਹਾਡਾ ਸਿਰਫ 5 ਮਿੰਟ ਦਾ ਫਾਂਸਲਾ ਸੀ ਤੁਸੀਂ ਐਦਾਂ ਹੋਈਆਂ ਜਿੱਦਾਂ ਜੁੜਵਾ ਕੁੜੀਆਂ ਹੁੰਦੀਆਂ ਹੂੰ ਸਿਰਫ 5 ਮਿੰਟ ਦਾ ਫਾਂਸਲਾ ਸੀਗਾ ਸ਼ਕਲ ਤਾਂ ਨਹੀਂ ਤੇ ਸ਼ਕਲ ਨਹੀਂ ਮਿਲਦੀ ਪਰ ਹੋਏ ਜੁੜਵਾਗੇ ਅੱਛਾ ਤੁਸੀਂ ਹੈਗੇ ਟਵਿਨ ਆ ਯਾ ਇਸ ਔਰ ਮਾਈ ਗੱਨਸ ਇਹਦਾ ਇੱਕ ਜਿਹੜਾ ਬਖਰਾ ਖਲਾਸਾ ਮੇਰੇ ਖਿਆਲ ਮੈਂ ਕਿਸੇ ਇੰਟਰਵਿਊ ਚ ਸੁਨਿਆ ਨਹੀਂ ਹੈਗਾ ਜਿੱਦ ਤੱਕ ਮੈਨੂੰ ਪਤਾ ਕਿ ਤੁਸੀਂ ਦੋਈ ਜੁੜਵਾ ਪੈਣਾ ਹੈਗੀਆਂ ਤੇ ਤੁਹਾਡੇ ਜਿਹੜੇ ਤੁਸੀਂ ਸਾਹਿਬ ਇਫੇ ਤੁਹਾਨੂੰ ਇਦਾਂ ਹੋਣਾ ਜੇ ਕੋਈ ਇੱਕ ਦੇ ਚੁੰਡੀ ਵੱਟਦਾ ਹੈਗਾ ਤੇ ਦੂਜੀ ਦਾ ਦੁੱਖ ਲੱਗਦਾ ਹੈਗਾ ਨਹੀਂ ਨਹੀਂ ਇਦਾਂ ਤਾਂ ਹੁੰਦਾ ਨਹੀਂ ਵੈਸੇ ਇਦਾਂ ਨਹੀਂ ਹੁੰਦਾ ਹਾਂ ਇਹ ਹੈ ਖੇਜ਼ੀ ਜ਼ਰੂਰ ਹੈ ਜੇ ਇੱਕ ਨੂੰ ਦੁੱਖ ਹੋਵੇਗਾ ਤੇ ਦੂਜੇ ਦਾ ਦਿਲ ਆਪ ਹੀ ਉਦਾਸ ਹੋ ਜਾਂਦਾ ਹੈਗਾ ਸੋ ਦੈਟਸ ਵਾਈ ਤੁਸੀਂ ਜਦੋਂ ਵੀ ਸਾਹ ਲੈਣੀ ਜਦ ਤੁਸੀਂ ਗੋਂਦੇ ਹੈਗੇ ਜਦੋਂ ਆਪਣੇ કંਠ ਦੇ ਵਿੱਚੋਂ ਪਤਾ ਲੱਗਦਾ ਕਿ ਸਾਡੇ ਸਾਹ ਥੱਲੇ ਹੁੰਦੇ ਹੈਗੇ ਤੇ ਸਾਡੇ કંਠ ਜਿਹੜੇ ਦੋਨਾਂ ਦੇ ਇੱਕੋ ਹੀ ਸੇਮ ਜਗ੍ਹਾ ਹੁੰਦੇ ਮੇਰੀ ਮਾਂ ਮੈਨੂੰ ਅੱਜ ਮੈਨੂੰ ਦੁਪਹਿਰੇ ਕਹਿ ਰਹੀ ਸੀ ਦੁੱਖ ਹੁੰਦਾ ਜੀ ਇਹਨਾਂ ਦੇ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਜਾਈ ਦੇ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਜਾ ਫਿਰ ਮੈਨੂੰ ਦੁੱਖ ਹੁੰਦਾ ਮੈਨੂੰ ਤਾਂ ਨਹੀਂ ਹੁੰਦਾ ਇਹਨਾਂ ਨੂੰ ਨਹੀਂ ਹੁੰਦਾ ਤੁਸੀਂ ਜੁੜਵਾ ਹੋ ਤੇ दैट्स व्हाई ਤੁਸੀਂ ਤੁਹਾਡਾ ਜੁੜਵਾ ਦਾ ਤਾਂ ਮੇਰੇ ਖਿਆਲ ਨਹੀਂ ਹੋਏ ਜੁੜਵਾ ਵਾਂਗੂ ਹੀ ਟਾਈਮ ਦਾ ਇਨਾ ਦਾ ਫਰਕ ਫਰਕ ਹੋ ਗਿਆ ਪਰ ਫਿਰ ਵੀ ਤੁਸੀਂ ਹੈਗੇ ਤਾਂ 5 ਮਿੰਟ ਦੇ ਫਾਂਸਲੇ ਵਾਂਗੂ ਉਹਦਾ ਹਿਸਾਬ ਲੱਗਦਾ ਪਰ ਜਿਹੜੀ ਤੁਹਾਡੀ ਇੱਕ ਦੂਜੇ ਨੂੰ ਸਮਝਣ ਦੀ ਗੱਲ ਹੈ ਜੀ ਇੱਕ ਦੂਜੇ ਦੀ ਅੰਡਰਸਟੈਂਡਿੰਗ ਹੈ ਜੀ ਭੈਣਾਂ ਦੀ ਉਹ ਤੁਹਾਡੇ ਵਿੱਚ ਕਾਫੀ ਭੈਣਾਂ ਨਾਲੋਂ ਜ਼ਿਆਦਾ ਦੋਸਤੀ ਦਾ ਰਿਸ਼ਤਾ ਹੈਗਾ ਮੇਰੀ ਇੱਕ ਤੀਸਰੀ ਭੈਣ ਹੈ ਜੀ ਮੇਰੀ ਮੰਮੀ ਸਾਡੇ ਮੰਮੀ ਲੱਗਦੇ ਹੀ ਨਹੀਂ ਜੀ ਜਦੋਂ ਕਿਤੇ ਇਕੱਠੇ ਜਾਈਏ ਤੇ ਫਿਰ ਜੇ ਸਮਲੇ ਸੀ ਰਣਿਆ ਤੇ ਉਹ ਮੱਲਾ ਬੜਾ ਵਧੀਆ ਜੀ ਬੜੇ ਇੱਜ਼ਤਮਾਨ ਕਰਦੇ ਆ ਸਾਰੇ ਤੇ ਜਦੋਂ ਇਕੱਠੀਆਂ ਤੁਰੀਆਂ ਨਾ ਚਾਰ ਪੰਜ ਤਿੰਨ ਜਣੀਆਂ ਅਸੀਂ ਆ ਤੇ ਚੌਥੇ ਮੰਮੀ ਆ ਮੰਮੀ ਵੀ ਇਦਾਂ ਲੱਗਦੇ ਜਿਵੇਂ ਸਾਡੇ ਭੈਣ ਹੁੰਦੇ ਵਾਹ ਦੇਖੋ ਪੰਜ ਜਣੇ ਆ ਅਸੀਂ ਵਿਆਹ ਵੀ ਗਏ ਆ ਖੁਦ ਨਾਨੀ ਵੀ ਬਣ ਗਿਆ ਛੋਟੀ ਜਿਹੀ ਉਮਰ ਚ ਰੱਬ ਨੇ ਬਹੁਤ پاਗਲਾ ਹੈ ਜੋ ਕਿਤੇ ਜਾਣੇ ਕਰਦੇ ਤੇ ਕਹਿੰਦੇ ਮਰ ਜਾਨੀਓ ਇਕੱਠੀਆਂ ਨਾ ਜਾਇਓ ਨਜ਼ਰ ਲੱਗ ਜੂਗੀ ਤੁਸੀਂ ਕਾਲਾ ਟਿੱਕਾ ਲਗਾ ਕੇ ਰੱਖਿਆ ਮੈਂ ਉਹਦੇ ਕਾਲੀ ਆ ਨਹੀਂ ਨਹੀਂ ਇਹ ਇਹ ਸਾਡੀ ਨਾ ਸਾਡੇ ਮੰਮੀ ਬਹੁਤ ਨਾਈਸ ਨੇ ਥਲਦਾ ਮੰਮੀ ਬਹੁਤ ਨਾਈਸ ਹੈ ਮੰਮੀ ਮੇਰੇ ਵਰਗੇ ਛੋਟੀ ਸੱਸ ਤੀਸਰੇ ਨੰਬਰ ਤੇ ਨਾ ਤਾਂ ਛੋਟੇ ਜਿਹੇ ਉਹ ਵੀ ਮੇਰੇ ਵਰਗੇ ਮੈਂ ਸਾਰਿਆਂ ਤੋਂ ਵੱਡੀ ਆ ਇਹ ਸੈਕਿੰਡ ਨੰਬਰ ਤੇ ਆਪਣੇ ਬਾਪੂ ਵਰਗੇ ਆੜਬ ਜਿੱਦੀ ਤੇ ਮੰਮੀ ਤੁਹਾਡੀ ਨਰਮ ਸੁਆਦੀ ਹੈਗੀ ਮਾਵਾਂ ਤਾਂ ਤੁਹਾਨੂੰ ਪਤਾ ਹੀ ਹੈ ਏ ਮੰਮੀ ਵਰਗੀਆਂ ਸਾਰੀਆਂ ਤੁਸੀਂ ਪਾਪਾ ਦੇਗੇ ਅੜੋ ਬਈ ਇੱਕ ਟਾਈਮ ਹੋ ਜਾਏਗਾ ਜਦੋਂ ਫਿਰ ਕੋਈ ਜਦੋਂ ਇੱਕ ਜਗ੍ਹਾ ਤੇ ਖੜਨਾ ਪੈਂਦਾ ਹੈਗਾ ਤੇ ਤੁਹਾਡੇ ਇਸ ਰਾਜ ਦੇ ਵਿੱਚ ਇੱਕ ਹੋਰ ਹੈਗਾ ਕਿ ਤੁਸੀਂ ਬਾਲੀਵੁੱਡ ਵੱਲ ਵੀ ਗਏ ਹੈਗੇ ਹਾਂਜੀ ਹਾਂਜੀ ਜੀ ਉਹ ਤਾਂ ਗਿਣਤੀ ਨਹੀਂ ਜੀ ਕੋਈ ਉਸ ਵੱਲ ਜਾਣ ਦਾ ਤੁਹਾਡਾ ਕਿਸ ਤਰ੍ਹਾਂ ਸਬਬ ਬਣਿਆ ਜਾਂ ਤੁਸੀਂ ਪਹਿਲਾਂ ਸੋਚਿਆ ਸੀ ਕਿ ਜਦੋਂ ਅਸੀਂ ਗਾਜਕੇ ਦੇ ਵੱਲ ਜਾਣਾ ਹੈਗਾ ਤੇ ਅਸੀਂ ਉਸ ਬਾਲੀਵੁੱਡ ਵਿੱਚ ਵੀ ਆਪਣਾ ਸਿੱਕਾ ਜਮਾਉਣਾ ਹੈਗਾ ਜਿਸ ਤੇ ਵਿੱਚ ਅਸੀਂ ਕਾਫੀ ਟਾਈਮ ਤੇ ਸੁਣਦੇ ਆ ਲਗੇ ਬਾਲੀਵੁੱਡ 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 ਕਿਉਂਕਿ ਆਪਣੇ ਕਾਫੀ ਪੰਜਾਬੀ ਪੋਸਟ ਦੇ ਵਿੱਚ ਹੈਗੇ ਆ ਮੇਰੇ ਚਾਚਾ ਜੀ ਦਾ ਸੀਗਾ ਪਹਿਲਾ ਹੋਇਆ ਸੌਂਗ ਉਹ ਲੱਕੀ ਲੱਕੀ ਮੂਵੀ ਆਈ ਸੀ ਇੱਕ ਉਹਦੇ ਵਿੱਚ ਉਹਨਾਂ ਨੇ ਜੁਗਨੀ ਚੜਦੀ ਅਸੀਕਰ ਗਾਇਆ ਸੀਗਾ ਉਹਨਾਂ ਨੇ ਗਾਇਆ ਸੀਗਾ ਤੇ ਤੁਸੀਂ ਵਗਾਲ ਵੀ ਸੀਗਾ ਜੁਗਨੀ ਚੜਦੀ ਅਸੀਕਰ ਹੋ ਜੁਗਨੀ ਰਹਿੰਦੀ ਸੀ ਛੇਪਾਰ ਹੋ ਜੁਗਨੀ ਚੜਦੀ ਅਸੀਕਰ ਜੁਗਨੀ ਰਹਿੰਦੀ ਸੀ ਛੇਪਾਰ ਉਹ ਜੁਗਨੀ ਚੜਦੀ ਅਸੀਂ ਕਾਰ ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਮੋਨੀ ਨਾਰੋਦੀ ਕੋਠੀ ਸੈਕਟਰ 4 ਜੁਗਨੀ ਚੰਦੀ ਅਸੀਂ ਕਾਰ ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਮੋਨੀ ਨਾਰੋਦੀ ਕੋਠੀ ਸੈਕਟਰ 4 ਉਹ ਜੁਗਨੀ ਹੱਸਦੀ ਐ ਹੱਸਦੀ ਉਹ ਜੁਗਨੀ ਹੱਸਦੀ ਵੇ ਹੱਸਦੀ ਜੁਗਨੀ ਹੱਸਦੀ ਵੇ ਹੱਸਦੀ ਕੇ ਦਿਲ ਵਿੱਚ ਵਸਦੀ ਵਾਹ ਏ ਮੇਰੇ ਚਾਚੇ ਨੇ ਗਿਆ ਸੀਗਾ ਫਿਰ ਉਹ ਲੇਡੀ ਨੇ ਸੁਨੇਹਾ ਖਨਵਾਲ ਕਰ ਜਿਹੜੀ ਬੋਂਬੇ ਤੋਂ ਫਿਰ ਉਹਨੇ ਜਦੋਂ ਸਾਨੂੰ ਸੁਣਿਆ ਪਹਿਲਾਂ ਚਾਚੂ ਮੇਰੇ ਦਾ ਕਰਕੇ ਉਹ ਬੈ ਗਈ ਸੀ ਰਾਮ ਨਾਲ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਸਾਨੂੰ ਸੁਣਿਆ ਸਾਨੂੰ ਸੁਣ ਕੇ ਫਿਰ ਉਹਨੇ ਦੁਬਾਰਾ ਬੁਲਾਇਆ ਫਿਰ ਟੁੰਗ ਟੁੰਗ ਕੀ ਟਕ ਨਹੀਂ ਟੁੰਗ ਟੁੰਗ ਕੀ ਟੁੰਗ ਟੁੰਗ ਦਾ ਜਿਹੜਾ ਸਿੰਗਲ ਬਲਿੰਚ Song ਹੈ ਤੇ ਫਿਰ ਉਹ ਕੀਤਾ ਫਿਰ ਉਸ ਤੋਂ ਬਾਅਦ ਫਿਰ ਸਾਡਾ ਕੋਕ ਸਟੂਡੀਓ ਹੋ ਗਿਆ ਫਟਾਫਟ ਹੋ ਗਿਆ ਫੜੇ ਬਸ ਆ ਗਾਣ ਤਾਂ ਗਾਣ ਤਾਂ ਨਹੀਂ ਦੋਵਾਂ ਨਾਲ ਫੋਨ ਦੇ ਨਾਲ ਰਹਿਮਾਨ ਜੀ ਨੇ ਫੋਨ ਕੀਤਾ ਵਾਹ ਉਸ ਟਾਈਮ ਕੈਨੇਡਾ ਆਉਣਾ ਸੀਗਾ ਇਹਨੇ ਕੋਈ ਗੱਲ ਨਹੀਂ ਤੁਸੀਂ ਕੈਨੇਡਾ ਜਾਓ ਨਹੀਂ ਤਾਂ ਦੇਖੋ ਉਹ ਰੱਬ ਲੋਕ ਨੇ ਜਿਹਨੂੰ ਮਰਜ਼ੀ ਕਹਿ ਸਕਦੇ ਸੀ ਗਉਣ ਵਾਸਤੇ ਉਹਨਾਂ ਨੇ ਪਹਿਲਾਂ ਹੀ ਨਾਮ ਸਟੱਡ ਲਿਖ ਦਿੱਤਾ ਸੀ ਕਿ ਨੂਰਾ ਸਿਸਟਰ ਹੀ ਕਰਨੀ ਹੈ ਚਾਹੇ ਮੈਨੂੰ 2 ਸਾਲ ਲੱਗ ਜਾਣ ਵਾਹ ਦੱਸ ਪੂਰਾ 2 ਸਾਲ ਕੰਟੈਕਟ ਚੱਲਦਾ ਰਿਹਾ ਪਾਪਾ ਨਾਲ ਉਹਨਾਂ ਦਾ ਆਜੋ ਕਹਿੰਦੇ ਵਾਪਸ ਮੈਂ ਇਹਨਾਂ ਤੋਂ ਇੱਕ ਜਦੋਂ ਮੱਜੀ ਆਜੋ ਤੁਹਾਡੀ ਜਿਹੜੀ ਸੀਟ ਹਜੇ ਖਾਲੀ ਪਈ ਹੈਗੀ ਤੇ ਤੁਸੀਂ ਕਿਹੜੀ ਕਿਹੜੀ ਫਿਲਮਾਂ ਨੇ ਜਿਹੜੀ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਗਾਇਆ ਹੈ ਯਾਦ ਕਰਾਂ ਵਾਕਿਆ ਯਾਦ ਨਹੀਂ ਫਿਲਮਾਂ ਚ ਸਿੰਗਿਸ ਬਲਿੰਗ ਕਾਜੂ 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 ਮੈਂ ਯਾਦ ਹੀ ਕਰਕੇ ਦਿਖਾ ਦਿੰਦਾ ਹਾਂ ਹਰ ਕੋਈ ਪੁੱਛਦਾ ਯਾਦ ਨਹੀਂ ਹੁੰਦਾ ਸਿੰਗਿਸ ਬਲਿੰਗ ਸੁਲਤਾਨ ਡੰਗਲ ਐਂਡ ਹਾਈਵੇ ਤਾਨੂੰ ਮਨੂ ਤਾਨੂੰ ਵੇਡਸ ਮਨੂ ਰਿਟਰਨਸ ਐਂਡ ਹੋਰ ਸ਼ੁਨੀਏ ਹੋਰ ਸ਼ੁਨੀਏ ਫਿਰ ਪੰਜਾਬੀ ਫਿਲਮਾਂ ਬਾਜਰੇ ਦੀ 라ખી ਕਾਇਆ ਚੱਤੀ ਫਿਰ ਹੋਰ ਕੀ ਹੋ ਗਿਆ ਪਹਿਲੀ ਫਿਲਮ ਕਿਸਾਨਾ ਫਿਰ ਮੇਰੀ ਜਿਹੜਾ ਹਾਂ ਫਿਲਮ ਚੰਨੋ ਕਮਲੀ ਯਾਰ ਚੰਨੋ ਕਮਲੀ ਹਾਂਜੀ ਔਰ ਜਤਿੰਦਰ ਪਾਜੀ ਜੀ ਨੇ ਕਰਾਇਆ ਸੀ ਜੀਵਨ ਦੇਸ਼ਾ ਪਾਜੀ ਜੀ ਨੇ ਵਾਪਸੀ ਵਾਹ ਔਰ ਵਾਪਸੀ ਫਿਰ ਫਲੋਰੀ ਫਲੋਰੀ ਬਹੁਤ ساری ਫਿਲਮਾਂ ਦੁਰ ਯਾਦ ਨਹੀਂ ਤੁਹਾਡਾ ਕਿਹੜਾ ਇੰਨਾ ਤੁਹਾਡੇ ਦਿਲ ਦੇ ਕਰੀਬ ਗਾਣਾ ਕਿਉਂਕਿ ਆਈ نو ਕਾ ਕਿ ਜਿਹੜੇ ਸਿੰਗਰ ਦੇ ਸਾਰੇ ਜਿਹੜੇ ਗਾਣੇ ਹੈਗੇ ਆ ਇੱਕ ਨਿਆ ਇੱਕ ਬੱਚੇ ਦੇ ਤਰ੍ਹਾਂ ਹੁੰਦੇ ਆ ਕਿ ਸਾਰੇ ਮਾਂ ਬਾਪ ਨੂੰ ਬੱਚੇ ਸਾਰੇ ਪਿਆਰੇ ਹੁੰਦੇ ਆ ਪਰ ਫੇਰ ਵੀ ਜਿਹੜਾ ਤੁਹਾਡੇ ਦਿਲ ਦੇ ਕੋਈ ਕਰੀਬ ਹੈਗਾ Song ਜਿਹੜਾ ਬਾਲੀਵੁੱਡ ਦੀ ਫਿਲਮ ਦੇ ਗਾਣੇ ਦੇ ਵਿੱਚ ਕੋਈ ਹੈਗਾ ਪਲੀਜ਼ ਬਾਲੀਵੁੱਡ ਫਿਲਮ ਉਹ ਕੀ ਕਹਿੰਦੇ ਉਹਨੂੰ ਇੱਕ ਸੀਗਾ ਸੀਗਾ ਇਹ एक नदी थी दोनों किनारे थाम के बहती थी एक नदी थी मिर्जा एक नदी थी कोई किनारा छोड़ ना सकती थी तोड़ती तो सैलाब आ जाता हाँ तोड़ती तो सैलाब आ जाता करवट ले तो सारी जमी बह जाती एक नदी थी ਇੱਕ ਨਦੀ ਦੀ ਕੋਈ ਕਿਨਾਰਾ ਛੂਹ ਨਾ ਸਕਦੀ ਸੀ ਇੱਕ ਨਦੀ ਤੇ ਵਾਹ ਸ਼ੰਕਰ ਮਾਧੇਵ ਜੀ ਦੀ ਮੂਵੀ ਦਾ ਸੀਗਾ ਜੀ Song ਤਿੰਨ ਦਾ ਮਿਊਜ਼ਿਕ ਕਾਫੀ ਅਚੰਬਲ ਇਟਸ ਥਿੰ ਸੌਂਗ ਸੀ ਇਟ ਕਲੱਚ ਥਿੰ ਸੌਂਗ ਕਿਤੇ ਸੀ ਤੇ ਤੁਸੀਂ ਜਿਹੜੇ ਸਾਡੇ ਗਾਣੇ ਪ੍ਰੋਡਿਊਸ ਕਰਦੇ ਹੈਗੇ ਤੁਸੀਂ ਤੁਸੀਂ ਖੁਦ ਕਰਦੇ ਹੈਗੇ ਕਿ ਤੁਸੀਂ ਕਿਸੇ ਕੰਪਨੀ ਤੋਂ ਕਰਵਾਉਂਦੇ ਹੈਗੇ ਪ੍ਰੋਡਿਊਸਰ ਚੁੰਨਦੇ ਹੈਗੇ ਨਹੀਂ ਸਾਰੇ ਮਿਲ ਕੇ ਕਰਦੇ ਸੀ ਸਾਰੇ ਮਿਕਸ ਕਰ ਲੰਗੇ ਤੇ ਤੁਸੀਂ ਇਸ ਕੰਟੀ ਦੇ ਵਿੱਚੋਂ ਵੀ ਕਿਸੇ ਪ੍ਰੋਡਿਊਸਰ ਦੇ ਕੋਲੋਂ ਕੋਈ ਗਾਣਾ ਕਰਵਾਇਆ ਹੈਗਾ ਆਪਣਾ ਨਹੀਂ ਹਲੇ ਤੱਕ ਨਹੀਂ ਨਹੀਂ ਹਲੇ ਤੱਕ ਨਹੀਂ ਇੱਕ ਕੈਨੇਡਾ ਸੱਡਾ ਹੋਇਆ ਹੈ ਗਾਣਾ ਜੀ ਉਹ ਸਾਡੇ ਵੀ ਹਾਂ ਇੰਗਲੈਂਡ ਹੋਇਆ ਸੀ ਕਿ ਗਾਇਆ ਸੀਗਾ ਸੀ ਕਿਸ ਲਈ ਰੋਜ਼ ਦਰਾਂ ਵਿੱਚ ਖੜ ਜਾ ਐਦਾਂ ਸੀਗਾ ਕੋਈ ਗਾਣਾ ਉਸ ਕੈਨੇਡਾ ਇੱਥੇ ਰਿਕਾਰਡਿੰਗ ਵੀ ਕੈਨੇਡਾ ਵੀ ਕਰਕੇ ਗਏ ਸੀ ਅਸੀਂ ਮੈਂ ਕਿਹਾ ਉਸਦੇ ਪ੍ਰੋਡਿਊਸਰ ਰਵੀ ਬਲ ਮੇਰਾ ਜਿਤ ਤੱਕ ਜੇ ਮੈਂ ਰੋਂਗ ਨਹੀਂ ਸ਼ਾਇਦ ਸ਼ਾਇਦ ਰਬੀਬਾਲੀ ਸੀ ਤੇ ਜਿਹੜੇ ਸਾਡੇ ਤੁਸੀਂ ਕੈਲੰਡਰ ਜੀ ਕੀਤਾ ਸੀ ਤੁਹਾਡੀ ਗੱਲ ਅਸੀਂ ਵਿੱਚ ਛੱਡਣੀ ਨਹੀਂ ਹੈਗੀ ਨਹੀਂ 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 ਉਹ ਮੇਰੇ ਖਾਲ ਤੁਸੀਂ ਉਹ ਸ਼ੂਟਿੰਗ ਵੀ ਦੇਖੀ ਹੋਣੀ ਆ ਬੂਟ ਦੇ ਵਿੱਚ ਸ਼ੂਟਿੰਗ ਕੀਤੀ ਸੀ ਅਸੀਂ ਕਿਸ ਤੇ ਚ ਵਾਈਟ ਡਰੈਸ ਅੱਛਾ ਮੈਂ ਕਿਹਾ ਬੂਟ ਕੀ ਜਮੀ ਕੀ ਯਾਰ ਮੈਨੂੰ ਗਾਣੇ ਦਾ ਨਾਮ ਅੱਜ ਤੱਕ ਕੇ ਯਾਰ ਦਾ ਨਜ਼ਾਰਾ ਵਾ ਗਾਣਾ ਕਹੇ ਸੌਰੀ ਕਲਾਮ ਹੈ ਸਾਡਾ ਜੀ ਸੋਹਣ ਕਲਾਮ ਅੱਜ ਤੱਕ ਕੇ ਯਾਰ ਦਾ ਨਜ਼ਾਰਾ ਤੇਰਾ ਬਲੂ ਵੀ ਪੁੱਲ ਗਿਆ ਬਹੁਤ ਸੋਹਣਾ ਕਲਾਮ ਆ ਤੂੰ ਉਹ ਕੈਨੇਡਾ ਕਰਕੇ ਕੇਸੀ ਰਿਕਾਰਡਿੰਗ ਉਹਦੀ ਤੇ ਸੌਰੀ ਤੁਸੀਂ ਸਾਡੀ ਗੱਲ ਰਹਿ ਗਈ ਸੀ ਦੂਦਰਸ਼ਨ ਦੀ ਕਿ ਉਹ ਦੂਦਰਸ਼ਨ ਨੂੰ ਛੱਡਣਾ ਨਹੀਂ ਹੈਗਾ ਕਿਉਂਕਿ ਜਿੱਥੋਂ ਅਸੀਂ ਡਰਾਮੇ ਦੇਖਦੇ ਆ ਕਿ ਵੱਡੇ ਹੋਏ ਹੈਗੇ ਆ ਦੂਦਰਸ਼ਨ ਤੋਂ ਕਾਫੀ ਡਰਾਮੇ ਦੇਖ ਕੇ ਆ ਕਿ ਸੈਚਰਡੇ ਸੰਡੇ ਹੁੰਦਾ ਸੀ ਤਾਂ ਟੈਲੀ ਦੇ ਮੋੜੇ ਬਹਿ ਜਾਂਦੇ ਸੀ ਯੈਸ ਮੰਮੀ ਸਾਨੇ 2 ਮਿੰਟ ਦੋਸ ਸੀ ਪ੍ਰੋਗਰਾਮ ਦੇਖਣਾ ਸਾਡਾ ਤੇ ਜਿਹੜਾ ਤੁਸੀਂ ਪਹਿਲਾਂ ਉੱਥੇ ਗਾਣਾ ਗਾਇਆ ਸੀ ਉਸ ਤੋਂ ਅੱਗੇ ਦੋក្លਾਨਾ ਤੁਸੀਂ ਹੱਲ ਯਾਦ ਹੈ ਯਾਦ ਲੈ ਤੁਸੀਂ ਇੰਨੀ ਵੱਡੀ ਸਖੀਤਾ ਕੋਲ ਬੈਠੀ ਆ ਉਹ ਯਾਦ ਨਾ ਭੁੱਲਣੀ ਜਿਹੜੀ ਭੁੱਲਣ ਦੀ ਕੋਈ ਹੈ ਹੀ ਨਹੀਂ ਹੈਗੀ ਥੈਂਕ ਯੂ ਜੀ ਥੈਂਕ ਯੂ ਦਲਨ ਕੁੱਲੀ ਵਿੱਚੋਂ ਨੀ ਯਾਰ ਲਬ ਲੈ ਕੁੱਲੀ ਵਿੱਚੋਂ ਨੀ ਯਾਰ ਲਬ ਲੈ ਦੀਵਾ ਬਲ ਕੇ ਮਟਾ ਲੈ

ਹੈਪੀ ਹੈਪੀ ਖੁਸ਼ੀ ਖੁਸ਼ੀ ਉਸ ਤੁਸੀਂ 7 ਸਾਲ ਦੀ ਉਮਰ ਚ ਗਾਇ ਸੀਗਾ ਬਿਲਕੁਲ ਉਹ ਮਾਹੌਲ ਯਾਦ ਆ ਜਾਂਦਾ ਜੀ ਉਹ ਤੁਹਾਨੂੰ ਉਸ ਜਿਹੜੀਆਂ ਕਹਿੰਦੇ ਨੇ ਕਿ ਜਦੋਂ ਆਪਾਂ ਜਾਂਦਾ ਜੇ ਅਸੀਂ ਗੱਲ ਕਰਦੇ ਹਾਂ ਜਦੋਂ ਸਾਡੇ ਅੱਖਾਂ ਦੇ ਅਸੀਂ ਨਾ ਜੀ ਮੈਂ ਤੁਹਾਨੂੰ ਦੱਸਦੀ ਜਦੋਂ ਇਹ ਖਿਤਾ ਨਾ ਇਕਲਾਮ ਤੇ ਇਕਲਾਮ ਤੋਂ ਪਹਿਲਾਂ ਨਹੀਂ ਸੀ ਉਦੋਂ ਇੰਨਾ ਪਤਾ ਛੋਟੇ ਛੋਟੇ ਸੀ ਤੇ ਪਾਪਾ ਕਹਿੰਦਾ ਪੁੱਤ ਫੜਾਫੜ ਤਿਆਰੀ ਕਰਨੀ ਹੈ ਮੰਮੀ ਮੰਮੀ ਨੂੰ ਵੀ ਕਹਤਾ ਵੀ ਰਿਖਾ ਇਹਨਾਂ ਨੂੰ ਫੜਾਫੜ ਤਿਆਰ ਕਰਦੀ ਜਾਓ ਪੁੱਛ ਕੇ ਉਹ ਡਰੈਸ ਕਿੱਥੇ ਜਿੱਥੋਂ ਡਰੈਸ ਪੁੱਛਣ ਗਏ ਆ ਤੇ ਉਹ ਬਣੇ ਵੀ ਇਹਨੇ ਨਿੱਕੇ ਨਿੱਕੇ ਕਮੀਜ਼ ਬਣੇ ਤੇ ਬੜਾ ਸੁਣਾ ਲੱਗਿਆ ਕਾਲੀ ਕਾਲੀ ਚ ਦੌੜ ਦੌੜ ਕੇ ਲੈ ਕੇ ਆਏ ਅੱਧੀ ਇਧਰ ਪਾਈ ਰਹੀ ਅੱਧੀ ਪਾਂਝਾ ਰਹੀ ਅੱਧਾ ਕਮੀਜ਼ ਰਹਿ ਗਿਆ ਬਸ ਪਾ ਲੈ ਉਦਹੀਂ ਉਦਹੀਂ ਜਿੱਦਾਂ ਤਰਪਾਈ ਨਹੀਂ ਹੋਈ ਸੀ ਨਾ ਮੜੇ ਮੜੇ ਚੱਲੋ ਕੋਈ ਨਾ ਪੰਜਾਬੀਆਂ ਵਾਂਗ ਤੇ ਤੁਸੀਂ ਉੱਥੇ ਜਦੋਂ ਸਟੇਜ ਦੇ ਉੱਤੇ ਗਏ ਸੀਗੇ ਤੁਹਾਨੂੰ ਕੋਈ ਨਰਵਸ ਫੀਲ ਹੋਈ ਕਿ ਜਾਂ ਤੁਹਾਨੂੰ ਜਿੱਦਾਂ ਤੁਸੀਂ ਪਹਿਲਾਂ ਕਹੇ ਸੀ ਕਿ ਨਹੀਂ ਕੋਈ ਨਾ ਠੀਕ ਆ ਚੱਲੋ ਕੋਈ ਨਾ ਪੰਜਾਬੀਆਂ ਪੰਜਾਬੀ ਕਿਹੜਾ ਕਿਸੇ ਤੋਂ ਡਰਦੀ ਆ ਨੇ ਨਰਵਸਤਾ ਡਰ ਵੀ ਲੱਗ ਰਿਹਾ ਸੀ ਉਸ ਟਾਈਮ ਸਾਡੀਆਂ ਲੱਤਾਂ ਬਹੁਤ ਕੰਬ ਰਹੀਆਂ ਸੀ ਜੀ ਪਹਿਲੀ ਵਾਰੀ ਅਰੇ ਅਸਲ ਵਿੱਚ ਸਾਡੀ ਕਰਵਾਈ ਦੁਪਹਿਰੇ ਤੇ ਉਸੇ ਦਿਨ ਹੀ ਬਾਕੀ ਸਾਨੂੰ ਪਤਾ ਨਹੀਂ ਸੀ ਕਿ ਕਿੰਨਾ ਡਰ ਤਾਂ ਹੁੰਦਾ ਹੀ ਹੈ ਸਟੇਜ ਤੇ ਗਾਇਆ ਵੀ ਆਪਣੇ ਵੱਲੋਂ ਨਾ ਵੀ ਇੰਦਾ ਲੋਕੋ ਨੇ ਇਹ ਨਾ ਲੱਗਿਆ ਵੀ ਅਸੀਂ ਡਰ ਰਹੇ ਆਂ ਆਪ ਨੂੰ ਡੇਲੇ ਕਣਕਣ ਗਾਇਆ ਨੰਨ ਕੀ ਆਈਆਂ ਨੇ ਅਸੀਂ ਤੇ ਗਾਇਆ ਜੀ ਜਦੋਂ ਟਾਈਮ ਆਇਆ ਜਦੋਂ ਗਾਇਆ ਤੇ ਸੀਟੀਆਂ ਤਾੜੀਆਂ ਤੋਂ ਵਾਓ ਇਸ ਤਾਨੂੰ ਲੱਗਾ ਕਿ ਯਸ ਯਸ ਅਸੀਂ ਉਹ ਮਕਾਮ ਪਾਇਆ ਜਿਸ ਦੀ ਤੁਹਾਨੂੰ ਤਮੰਨਾ ਸੀ ਮੇਰੇ ਫਾਦਰ ਵੀ ਬਹੁਤ ਖੁਸ਼ ਹੋਏ ਸੀ ਦਸਨਾ ਦੂਲ ਸਾਹਿਬ ਸੀ ਸਭ ਕੁਟੀ ਜਸਪਿੰਦਰ ਨਰੂਲਾ ਸੀ ਸਾਰੇ ਨੇ ਸ਼ਾਮਸ ਦਿੱਤੀ ਜੀ ਬੜੇ ਵਧੀਆ ਵਾਹ ਦਸ ਨਾਈਸ ਇੱਕ ਫਿਰ ਵਾਪਸ ਦੱਸਦੇ ਹੈਗੇ ਕਿ ਜਿੱਥੇ ਤੁਸੀਂ ਆਪਣੇ ਸੂਫੀਾਨਾ ਕਲਾਮiyat ਮਹੱਲਾ ਪਾਣੀ ਹੈਗੇ ਕਿਉਂਕਿ ਅੱਜ ਅਸੀਂ ਜੀ ਅਸੀਂ ਗੱਲ ਕਰਾਂਗੇ ਨੂਰਨ ਸਿਸਟਰ ਦੀ ਜਿਹੜੇ ਅੱਜ ਸਾਡੇ ਸਟੂਡੀਓ ਦੇ ਵਿੱਚ ਵੀ ਬੈਠੇ ਆ ਗਏ ਤੇ ਉਹਨਾਂ ਦਾ ਜਿਹੜਾ ਲਾਈਵ ਕਾਨਸਰਟ ਹੋਣਾ ਹੈਗਾ ਕਿ ਬੈਠੋ ਜੀ ਸਾਡਾ ਆਪਣਾ ਘਰ ਉਹ ਹੈਗਾ ਜੀ 7th ਸੈਕਿੰਡ ਸੈਪਟੈਂਬਰ ਹੈਗਾ ਜੀ ਬੈਂਬਲੀ ਅਰੀਨਾ ਦੇ ਵਿੱਚ ਲੰਡਨ ਤੇ 7th 9th ਆਫ ਸੈਪਟੈਂਬਰ ਨੂੰ ਹੈਗਾ ਬਰਮਿਕਮ ਦੇ ਵਿੱਚ ਤੇ ਸੰਡੇ ਹੈਗਾ 10 ਸੈਪਟੈਂਬਰ ਨੂੰ ਲੀਡਸ ਇਸੀ ਵਾਰ ਦੱਸ ਰਹੇ ਆ ਗਲਾਸਗੋ ਵਿੱਚ 11 ਸੈਪਟੈਂਬਰ ਮਗਰ ਤੀਸਰੀ ਵਾਰ ਦੱਸਦੇ ਆ ਟ੍ਰਿਕ ਕਰ ਲਿਓ ਬਸ ਫਿਰ ਵੀ ਪਾ ਲਿਓ ਹਾਂ ਟਿਕਟਾਂ ਪਲੀਜ਼ ਜੂ ਲੈ ਲਿਓ ਹੋਰ ਨਾ ਤੁਸੀਂ ਫੇਰ ਬਾਅਦ ਇਹਨਾਂ ਨੇ ਟਿਕਟਾਂ ਵੇਚ ਕੇ ਹਟਣਾ ਜੀ ਬਸ ਇਹ ਟਿਕਟਾਂ ਹੋਣ ਵਾਸਤੇ ਵੇਚ ਲੈਣੀ ਨੇ ਮੈਂ ਹਲੇ ਆਪ ਖੁਦ ਲੈਣੀ ਹੈਗੀ ਹਮੇ ਘਰ ਜਾ ਕੇ ਨੈਕਸਟ ਵੀਕ ਬਸ ਆਪਣੇ ਡੈਡੀ ਨੂੰ ਕਹਾਂਗੇ ਕਿ ਟਿਕਟ ਲੈ ਕੇ ਰੱਖ ਲਓ ਪਲੀਜ਼ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਰਹਿ ਚੁੱਕੇ 5 ਮਿੰਟ ਪੱਜਣੀ ਸਾਡੀਆਂ ਗੱਲਾਂ ਵਕਤ ਹੈਗੀਆਂ ਇਸ ਤਰ੍ਹਾਂ ਬਹੁਤ ਇੱਕ ਦਿਲ ਨੂੰ ਸਕੂਨ ਲੱਗ ਰਿਹਾ ਨਾਲੇ ਲੱਗ ਰਿਹਾ ਕਿ ਹੁਣ ਸੱਚੀ ਰਾਜ ਹੈ ਨਾ ਆਪਣੇ ਪੰਜਾਬ ਦੇ ਵਿੱਚ ਆਪਣੀਆਂ ਭੈਣਾਂ ਦੇ ਨਾਲ ਰੱਖਿਆ ਜੀ ਸੱਚੀ ਇਸ ਤਰ੍ਹਾਂ ਮਹਿਸੂਸ ਰਿਹਾ ਕਿ ਉਸ ਪਿੰਡ ਦੀਆਂ ਗਲੀਆਂ ਜਿਹੜੀਆਂ ਤੁਹਾਡੇ ਰੂਬਰੂ ਦਿਖ ਰਹੀਆਂਗੇ ਸਾਨੂੰ ਬੈਰੀ ਥੈਂਕ ਯੂ ਤੁਹਾਡਾ ਧੰਨਵਾਦ ਜੀ ਤੇ ਨਾਲ ਨਾਲ ਜਿਹੜਾ ਇੱਕ ਮੇਰਾ ਕੁਐਸਚਨ ਹੈਗਾ ਕਿ ਜਦੋਂ ਤੁਸੀਂ ਸਿੰਗੀਂ ਦੇ ਵਿੱਚ ਆਏ ਸੀ ਕੋਈ ਇਸ ਤਰ੍ਹਾਂ ਦਾ ਇਨਸਟੈਂਟ ਹੁੰਦਾ ਹੈਗਾ ਕਿ ਜਿਹੜਾ ਸਾਨੂੰ ਕਦੀ ਭੁੱਲਦਾ ਨਹੀਂ ਕੋਈ ਵਾਕਏ ਹੁੰਦਾ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਉਹ ਚੀਜ਼ ਹਲੇ ਤੱਕ ਵੀ ਤੁਹਾਨੂੰ ਯਾਦ ਹੈਗੀ ਹੈ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਦੇਖਦੇ ਹੋ ਤੁਹਾਨੂੰ ਲੱਗਦਾ ਹੈਗਾ ਕਿ ਇਹ ਚੀਜ਼ ਉਸ ਵਕਤ ਹੋਈ ਸੀ ਕੋਈ ਸ਼ੋਅ ਦੇ ਵਿੱਚ ਪ੍ਰੋਗਰਾਮ ਵਿੱਚ ਰਹਿਸਲ ਕਰਦੇ ਹੋਏ ਨਹੀਂ ਸ਼ੋਅ ਦੇ ਵਿੱਚ ਨਹੀਂ ਇੱਕ ਵਾਰੀ ਨਾ ਅਸੀਂ ਸਾਡੇ ਕੋ ਮਤਲਬ ਉਹਦਾ ਐਦਾਂ ਦਾ ਵਕਤ ਸੀ ਸਾਡੇ ਕੋ ਕਾਰ ਵੀ ਨਹੀਂ ਸੀਗੀ ਮਤਲਬ ਅਸੀਂ ਕਾਰ ਕਰਕੇ ਵੀ ਨਹੀਂ ਜਾ ਸਕਦੇ ਸੀ ਐਦਾਂ ਦਾ ਵਕਤ ਸੀਗਾ ਤੇ ਅਸੀਂ ਆਟੋ ਰਿਕਸ਼ੇ ਤੇ ਗਏ ਜਿਹੜੇ ਆਪਣੇ ਪੰਜਾਬ ਦੇ ਵਿੱਚ ਉਹ 3 ਵੀਲਰ ਜਿਹਨੂੰ ਕਹਿੰਦੇ ਆਪਾਂ ਉਹਦੇ ਤੇ ਗਏ ਤੇ ਉਹਦਾ ਫਿਰ ਐਕਸਲ ਕਦੀ ਟੁੱਟ ਜਾਣਾ ਕਦੀ ਉਹਦਾ ਟਾਇਰ ਪੈਂਚਰ ਹੋ ਜਾਣਾ ਕਦੀ ਕੁਝ ਫਿਰ 10 10 7 7 7 7 ਕਿਲੋਮੀਟਰ ਅਸੀਂ ਦੁਰਕੇ ਜਾਣਾ ਮੇਰੇ ਲੋਸੀ ਗਾਂ ਤੋਂ ਕੋਈ ਔਟੋ ਰਿਕਸ਼ਾ ਫੜ ਲੈਣੇ ਜਾਂ ਕਿਦਾਂ ਇੰਧਾ ਦੇ ਵਕਤ ਨਹੀਂ ਬੋਲਦੇ ਬੰਦੇ ਨੂੰ ਆ ਲੱਕਰ ਫੇਸ ਐ ਐ ਵੈ ਹਾ ਲੱਕਰ ਫੇਸ ਇਹਦੇ ਹਣ ਫੇਸ ਤੋਂ ਪਤਲਾ ਦਾ ਕੀ ਤੁਹਾਨੂੰ ਕਹਿੰਦੇ ਨੇ ਕਿ ਇੱਕ ਹੁੰਦੀ ਕਿ ਜੱਗ ਬੀਤੀ ਤੇ ਆਪ ਬੀਤੀ ਉਹ ਹਮੇਸ਼ਾ ਜਿਹੜਾ ਸਾਡਾ ਬੁਰਾ ਵਕਤ ਹੈਗਾ ਜੇ ਇਟ ਡਸਨਟ ਅਸੀਂ ਚੰਗੇ ਵਕਤ ਦੇ ਵਿੱਚ ਆ ਗਏ ਪਰ ਬੜੀ ਗਰੀਬੀ ਚੋਂ ਨਿਕਲੇ ਗਰੀਬੀ ਕਹਿੰਦੇ ਨੇ ਕਿ ਭੁੱਲਣੀ ਨਹੀਂ ਚਾਹੀਦੀ ਕਿ ਜਿਸ ਤੋਂ ਅਸੀਂ ਆਏ ਹੈਗੇ ਆ ਤੇ 2 ਮਿੰਟ ਰਹਿ ਕੇ ਹੈਗੇ ਤੇ ਤੁਸੀਂ ਜਿਹੜੇ ਨਿਊ ਕਮਰਾ ਆ ਰਹੇ ਸਾਡੇ ਇਸ ਕਾਫੀ ਅੱਛੀ ਗਾਇਕੀ ਗਾ ਵੀ ਰਹੇਗੇ ਤੁਸੀਂ ਉਹ ਉਹਨਾਂ ਨਿਊ ਕਮਰਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਕੀ ਸਿੱਖ ਕੇ ਆਉਣ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ ਪਲੀਜ਼ ਬਸ ਜੀ ਸਾਡੇ ਪੈਣਾ ਵੀਰਾਂ ਨੂੰ ਸਾਡੇ ਵੱਲੋਂ ਇਹੀ ਮੈਸੇਜ ਹੈ ਅਸੀਂ ਤਾਂ ਜੀ ਮਾਤੀ ਦੇਣੀ ਆ ਸਾਰਿਆਂ ਨੂੰ ਤੇ ਬਸ ਇਹੀ ਕਹਿੰਨੇ ਸਾਡੇ ਵੱਲ ਨਹੀਂ ਉਦਾਂ ਆਪਣਾ ਥੋੜਾ ਜਿਹਾ ਦਿਮਾਗ ਨੂੰ ਤੰਦਰੁਸਤ ਰੱਖੋ ਜੀ ਤੇ ਆਪਣੀ ਸੋਚ ਬਦਲੋ ਜੀ ਚੰਗੇ ਕੰਮ ਕਰੋ ਚੰਗਾ ਸੋਚੋ ਚੰਗਾਈ ਦੇਖੋ ਤੇ ਤੁਹਾਡੇ ਮਾਪਿਆਂ ਨੂੰ ਖੁਰਾਂ ਨੂੰ ਵੀ ਤੁਹਾਡੇ ਤੇ ਗਰਵ ਹੋਵੇ ਜੀ ਤੇ ਤੁਸੀਂ ਪਲੀਜ਼ ਬਸ ਜੀ ਪਹਿਲੀ ਗੱਲ ਤਾਂ ਸਾਨੂੰ ਆਪਣੇ ਆਪ ਤੇ ਡਿਪੈਂਡ ਹੈ ਜੀ ਕਿਉਂਕਿ ਅਸੀਂ ਆ ਬੇਮਤੇ ਹਾਂ ਜੀ ਅਸੀਂ ਕਿਸੇ ਨੂੰ ਬੋਲ ਨਹੀਂ ਸਕਦੇ ਕੁਝ ਤੇ ਬਸ ਇੰਨੀ ਕਿ ਸਾਡੀ ਇਹ ਗੁਜ਼ਾਰਿਸ਼ ਹੈ ਕਿ ਮਾਪਿਆਂ ਦਾ ਜਿਹੜਾ ਨਾਮ ਹਨ ਉਹ ਬਸ ਇਦਾਂ ਸਿਰ ਨੂੰ ਝੁਕਾਓ ਨਾ ਉਹਨੂੰ ਰੌਸ਼ਨ ਰੱਖੋ ਕਿਉਂਕਿ ਮਾਪਿਓ ਤੋਂ ਬਿਨਾ ਕੁਝ ਨਹੀਂ ਹੈ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਪੁੱਛਦਾ ਅੱਜ ਅੱਜ ਦਾ ਕਲਯੁਗ ਏਦਾਂ ਦਾ ਵੱਧ ਗਿਆ ਸੱਚਾਈ ਕਿਉਂਕਿ ਕਲਯੁਗ ਦੇ ਵਿੱਚ ਕੋਈ ਪੈਣ ਨਹੀਂ ਕੋਈ ਮਾਂ ਨਹੀਂ ਕੋਈ ਕੁਝ ਨਹੀਂ ਦੇਖਦਾ ਅੱਜ ਕੱਲ ਦੇ ਮੁੰਡੇ ਪੈਣਾ ਬਸ ਨਸ਼ੇ ਵਾਲ ਨੂੰ ਹੋਏ ਆ ਇਹ ਚੀਜ਼ਾਂ ਛੱਡੋ ਤੇ ਸਾਡੇ ਕੋਲੋਂ ਤਾਂ ਕਿਉਂਕਿ ਸਾਡੇ ਕਹਿਣ ਤੇ ਨਹੀਂ ਕੋਈ ਕੋਈ ਛੱਡੂਗਾ ਜਿਹੜਾ ਜਿਹਨੂੰ ਤਰਸ ਹੋਊਗਾ ਤੇ ਕੋਈ ਨਹੀਂ ਜਿਹੜਾ ਨਹੀਂ ਛੱਡੂਗਾ ਪਰ ਉਹ ਤਾਂ ਚਲੋ ਦਾਤੇ ਦੀ ਰਹਿਮਤ ਹੈ ਜੀ ਔਰ ਜਿੰਨੇ ਮੇਰੇ ਭੈਣਾ ਵੀਰ ਸਾਨੂੰ ਦੇਖਦੇ ਨੇ ਸਾਨੂੰ ਸੁਣਦੇ ਨੇ ਬਸ ਉਹਨਾਂ ਗਈ ਗੁਜ਼ਾਰਿਸ਼ ਹੈ ਕਿ ਚੰਗੇ ਕੰਮ ਕਰੋ ਬਸ ਔਰ ਚੰਗੀ ਨੀਅਤ ਨਾਲ ਜਿਓ ਵਾਹ ਥੈਂਕ ਯੂ ਬਹੁਤ ਬਹੁਤ ਤੁਹਾਡਾ ਥੈਂਕ ਯੂ ਕਿ ਤੁਸੀਂ ਸਾਡੇ ਪ੍ਰੋਗਰਾਮ ਆਪਣੇ ਵਿਚਾਰ ਦੇ ਵਿੱਚ ਆਏ ਹੈਗੇ ਤੇ ਆਪਣੇ ਅਸ਼ੇਸ਼ ਵਿਚਾਰ ਵੀ ਦੱਸੇ ਹੈਗੇ ਤੇ ਆਪਣੇ ਸੂਫੀ ਕਲਾਮ ਦੇ ਨਾਲ ਸਾਨੂੰ ਇੱਕ ਸੂਫੀ ਕਲਾਮ ਦੇ ਵਿੱਚ ਲੈ ਗਏ ਸੂਫੀ ਜਿਹੜੀ ਰੋਹਾਨੀਅਤ ਹੁੰਦੀ ਹੈਗੀ ਉਸ ਤੇ ਵਿੱਚ ਲੈ ਕੇ ਗਏ ਹੈਗੇ ਥੈਂਕ ਯੂ ਵੈਰੀ ਮਚ ਤੁਹਾਡਾ ਧੰਨਵਾਦ ਜੀ ਤੇ ਆਹੋਪ ਕਰ ਤੁਸੀਂ ਵੀ ਇਹਨਾਂ ਦੇ ਜਿਹੜੇ ਸੂਫੀ ਕਲਾਮਾਂ ਨੂੰ ਪਸੰਦ ਕੀਤਾ ਹੋਗਾ ਬਰન્સ ਅਗੇਨ ਕੀ ਤੁਸੀਂ ਆਪਣੀਆਂ ਟਿਕਟਾਂ ਛੇਤੀ ਛੇਤੀ ਖਰੀਦੋ ਤੇ ਨੂਰਲ ਸਿਸਟਰਜ਼ ਦਾ ਜਿਹੜਾ ਕਾਨਸਰਟ ਹੋ ਰਿਹਾ ਹੈ ਜੀ 2 ਤਰੀਕ ਨੂੰ ਲੰਡਨ ਦੇ ਵਿੱਚ 9 ਨੂੰ ਹੋ ਰਿਹਾ ਜੀ ਭਵਨਿਕਮ ਦੇ ਵਿੱਚ ਤੇ 10 ਨੂੰ ਲੀਡ ਤੇ 11 ਨੂੰ ਗਲਾਸਕੋ ਸੋ ਯੂ ਹੈਵ ਟੂ ਬਾਏ ਯੂ ਟਿਕਟ ਸੂਨ ਐਜ਼ ਯੂ ਪਾਸਲ ਤੇ ਅਸੀਂ ਮਿਲਦੇ ਹਾਂ ਜੀ ਨੈਕਸਟ ਵੀਕ ਤੁਸੀਂ ਰੱਖਣਾ ਆਪਣਾ ਖਿਆਲ ਤੇ ਥੈਂਕ ਯੂ ਬਹੁਤ ਮਾਤ ਜੀ ਨੇ ਜਿਹਨੇ ਪ੍ਰੋਗਰਾਮ ਸੁਣਿਆ ਤੇ ਆਈ ਹੋਪ ਤੁਸੀਂ ਇਸ ਰੂਹਾਨੀਅਤ ਜਿਹੜਾ ਸੂਫੀ ਕਲਾਮ ਨੂੰ ਪਸੰਦ ਕੀਤਾ ਹੋਗਾ ਅਸੀਂ ਮਿਲਦੇ ਹਾਂ ਜੀ ਨੈਕਸਟ ਵੀਕ ਥਰਸਡੇ 4 ਤੋਂ 5 ਤੁਹਾਡੀ ਆਪਣੀ ਰਾਜਕੋਪ ਚੰਗੀ ਵਾਈਕੂ ਜੀ ਦਾ ਖਾਸਾ ਵਾਈਕੂ ਜੀ ਕੀ ਫਤਵੀ